ਸਵਾਗਤ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੈਂ ਹਾਨੀਤੂ ਕਹਿੰਦੇ ਨੇ ਕਿ ਪੰਜਾਬੀ ਜਿੱਥੇ ਜਾਂਦੇ ਨੇ ਨਾ ਉੱਥੋਂ ਦੇ ਲੋਕਾਂ ਨੂੰ ਆਪਣਾ ਬਣਾ ਲੈਂਦੇ ਨੇ ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਵਿਦੇਸ਼ਾਂ ਦੀ ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਉਹ ਮੱਲਾ ਮਾਰੀਆਂ ਨੇ ਜਿਹਦੇ ਵਿੱਚ ਬਹੁਤ ਸਾਰੇ ਉੱਥੋਂ ਦੇ ਵਸਨੀਕ ਵੀ ਨਹੀਂ ਮਾਰ ਸਕੇ ਜੇ ਗੱਲ ਕੀਤੀ ਜਾਵੇ ਸਾਡੇ ਵਿਦੇਸ਼ਾਂ ਦੀ ਵਿੱਚ ਵਸਦੇ ਪੰਜਾਬੀਆਂ ਦੀ ਉਹਨਾਂ ਦਾ ਕੀ ਅੱਜ ਰੁਝਾਨ ਹੈ ਕਿਸ ਤਰੀਕੇ ਦੇ ਨਾਲ ਉਹ ਆਰਥਿਕ ਪੱਖ ਆਪਣਾ ਮਜ਼ਬੂਤ ਕਰ ਚੁੱਕੇ ਨੇ ਉਹ ਕਿਵੇਂ ਸਮਾਜ ਦੇ ਵਿੱਚ ਉਥੇ ਵਿਚਰਦੇ ਪਏ ਨੇ ਕਿਵੇਂ ਉਥੋਂ ਦੀ ਰਾਜਨੀਤੀ ਦੇ ਵਿੱਚ ਵੀ ਮੱਲਾ ਮਾਰਦੇ ਪਏ ਨੇ ਤੇ ਜੇ ਗੱਲ ਕੀਤੀ ਜਾਵੇ ਉਥੇ ਵਸਦੇ ਪੰਜਾਬੀਆਂ ਦੀ ਤੇ ਆਪਣੀ ਮਾਂ ਬੋਲੀ ਨੂੰ ਕਿਵੇਂ ਪਿਆਰ ਕਰਦੇ ਪਏ ਨੇ ਇਹ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਆਉਂਦੇ ਨੇ ਕਿ ਕੀ ਜਿਹੜੇ ਉੱਥੇ ਵਸਦੇ ਪੰਜਾਬੀ ਨੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਜਾਂ ਆਪਣੀ ਮਾਂ ਬੋਲੀ ਨੂੰ ਵਿਸਾਰ ਚੁੱਕੇ ਨੇ ਜਾਂ ਆਪਣੀ ਮਾਂ ਬੋਲੀ ਨੂੰ ਕਿਵੇਂ ਵਾਕਈ ਉਵੇਂ ਹੀ ਬੋਲਦੇ ਨੇ ਜਿਵੇਂ ਇੱਥੇ ਬੋਲਦੇ ਸੀ ਯਾ ਕਿੰਨਾ ਕੁ ਪਿਆਰ ਹੈ ਉਹਨਾਂ ਦਾ ਆਪਣੇ ਇਸ ਭਾਸ਼ਾ ਦੇ ਨਾਲ ਕਿੰਨਾ ਕੁ ਪਿਆਰ ਹੈ ਆਪਸ ਦੇ ਵਿੱਚ ਉਹਨਾਂ ਦਾ ਤੇ ਕਿਸ ਤਰੀਕੇ ਦੇ ਨਾਲ ਉਥੇ ਵਿਚਰਦੇ ਪਏ ਨੇ ਬਹੁਤ ਸਾਰੇ ਸਵਾਲ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਆਉਂਦੇ ਨੇ ਜਿਹੜੇ ਲੋਕ ਇੱਕ ਵਾਰੀ ਵੀ ਉਥੇ ਨਹੀਂ ਗਏ ਸੋ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਯਾਨਕੀ ਗੱਲਾਂ ਤੇ ਗੀਤ ਦੇ ਵਿੱਚ ਉਸ ਸ਼ਖਸੀਅਤ ਨੂੰ ਅਸੀਂ ਸੱਦਾ ਦਿੱਤਾ ਜਿਹੜੇ ਕਿ ਵਿਦੇਸ਼ ਦੇ ਵਿੱਚ ਰਹਿੰਦੇ ਨੇ ਜੇ ਮਾਂ ਬੋਲੀ ਦੀ ਗੱਲ ਕੀਤੀ ਜਾਵੇ ਤਾਂ ਮਾਂ ਬੋਲੀ ਨੂੰ ਅਥਾ ਪਿਆਰ ਕਰਦੇ ਨੇ 40 ਸਾਲਾਂ ਦਾ ਸਫ਼ਰ ਤਕਰੀਬਨ ਤਕਰੀਬਨ ਕਹਿ ਸਕਦੇ ਹਾਂ ਕਿ ਉੱਥੇ ਤੈਅ ਕਰਦੇ ਪਏ ਨੇ ਔਰ ਉੱਥੇ ਆਪਣਾ ਰੇਡੀਓ ਵੀ ਚਲਾਉਂਦੇ ਨੇ ਤੇ ਉਹਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤੇ ਕਹਿੰਦੇ ਵੀ ਮੇਰਾ ਜਿਹੜਾ ਮੋਹ ਆ ਮੇਰਾ ਜਿਹੜਾ ਪਿਆਰ ਆ ਉਹ ਸੱਤ ਤੋਂ ਜ਼ਿਆਦਾ ਉਹਨਾਂ ਲੋਕਾਂ ਦੇ ਨਾਲ ਆ ਜਿਹੜੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਸੋ ਅੱਜ ਅਸਤੰਦਰ ਪਾਲ ਸਿੰਘ ਸਿੱਧਵਾ ਜੀ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬੀਆਂ ਦੇ ਹਾਲਾਤਾਂ ਦੀ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਬਾਰੇ ਆਪਣੇ ਬਾਰੇ ਵੀ ਗੱਲਬਾਤ ਕਰਾਂਗੇ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਦੂਰਦਰਸ਼ਨ ਦੇ ਸਾਰੇ ਹੀ ਦਰਸ਼ਕਾਂ ਨੂੰ ਔਰ ਸਾਰੇ ਸਟਾਫ ਨੂੰ ਜਿਸ ਦੂਰਦਰਸ਼ਨ ਨੇ ਬਹੁਤ ਪੰਜਾਬੀ ਇਪਤ ਨੂੰ ਖੰਭ ਲਾਏ ਨੇ ਵੱਡੇ ਵੱਡੇ ਕਲਾਕਾਰਾਂ ਨੂੰ ਬਹੁਤ ਦੁਨੀਆ ਪਰਵ ਚ ਮਕਬੂਲ ਕੀਤਾ ਔਰ ਦੂਰਦਰਸ਼ਨ ਨੇ ਰੰਗ ਮੰਚ ਨੂੰ ਜੋ ਪੰਜਾਬੀਅਤ ਦੇ ਦਿਲਾਂ ਵਿੱਚ ਵਸਾਇਆ ਉਸ ਦੂਰਦਰਸ਼ਨ ਦੇ ਵਿਰੇ ਵਿੱਚ ਮੈਨੂੰ ਆਕੇ ਤੁਹਾਡੇ ਨਾਲ ਨੀਤੂ ਜੀ ਕੁਝ ਪੰਜਾਬ ਔਰ ਪੰਜਾਬੀ ਇੱਧੀਆਂ ਵਿਦੇਸ਼ਾਂ ਵਿੱਚ ਗੱਲਾਂ ਕਰਕੇ ਬੜਾ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਬਿਲਕੁਲ ਜੀ ਬਹੁਤ ਚੰਗਾ ਲੱਗਾ ਤੇ ਬੜਾ ਵਧੀਆ ਲੱਗਾ ਕਿਉਂਕਿ ਜਦੋਂ ਪੰਜਾਬੀ ਕਹਿੰਦੇ ਜਿੱਥੇ ਵੀ ਜਾਂਦੇ ਨੇ ਨਾ ਇੱਕ ਵੱਖਰਾ ਪੰਜਾਬ ਵਸਾ ਲੈਂਦੇ ਨੇ ਬਿਲਕੁਲ ਔਰ ਯਕੀਨਨ ਹੁਣ ਤਾਂ ਹਰ ਇੱਕ ਦੇਸ਼ ਦੇ ਵਿੱਚ ਅਸੀਂ ਕਹਿ ਹੀ ਨਹੀਂ ਸਕਦੇ ਵੀ ਕਿਹੜਾ ਦੇਸ਼ ਜਿੱਥੇ ਪੰਜਾਬੀ ਨਹੀਂ ਵਸੇ ਹੋਏ ਜੀ ਗੱਲ ਕਰਦੇ ਹਾਂ ਹਾਲਾਤਾਂ ਦੀ ਜਾਂ ਇਹ ਕਹ ਲਈਏ ਵੀ ਪੰਜਾਬੀ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਲੋਕਾਂ ਦੇ ਕੀ ਹਾਲਾਤ ਨੇ ਬਿਲਕੁਲ ਬੜਾ ਖੂਬਸੂਰਤ ਗੱਲ ਆਪਾਂ ਸ਼ੁਰੂ ਕਰਨ ਲੱਗੇ ਆ ਜਿਹੜੇ ਪ੍ਰਵਾਸੀ ਪੰਜਾਬੀ ਆ ਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਜਿਹੜੀ ਸਾਡੇ ਵਾਲੀ ਜਨਰੇਸ਼ਨ ਆ ਅਸੀਂ ਲੋਕ ਸੌਂਦੇ ਹੀ ਉੱਥੇ ਆ ਜੀ ਅਸੀਂ ਜਾਗਦੇ ਪੰਜਾਬ ਵਿੱਚ ਹੀ ਆ ਸਾਨੂੰ ਉੱਥੇ ਆਪਣੇ ਕਾਰੋਬਾਰਾਂ ਦੇ ਸੁਪਨੇ ਘਟ ਆਉਂਦੇ ਆ ਸਾਨੂੰ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਪੰਜਾਬ ਦੇ ਖੇਤਾਂਵੰਨਿਆਂ ਦੇ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਦੇ ਪੰਜਾਬ ਦੇ ਬੱਚਿਆਂ ਦੇ ਪੰਜਾਬ ਦੇ ਪਰਿਵਾਰਾਂ ਦੇ ਔਰ ਪੰਜਾਬ ਦੀਆਂ ਲਹਿ ਲਹੌਂਦੀਆਂ ਫਸਲਾਂ ਦੇ ਉਹ ਸਾਨੂੰ ਸੁਪਨੇ ਜ਼ਿਆਦਾ ਆਉਂਦੇ ਆ ਮੀਤੂ ਜੀ ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਤੇ ਪੰਜਾਬੀਅਤ ਨਾਲ ਜਿਹੜਾ ਮੋਹ ਹੈ ਜੀ ਉਹ ਇੱਕ ਸ਼ਾਇਰ ਦੇ ਲਫ਼ਜ਼ਾਂ ਵਿੱਚ ਪ੍ਰੀਤਮ ਸਿੰਘ ਕਾਸਤ ਇੱਕ ਸ਼ਾਇਰ ਹੋਏ ਨੇ ਉਹ ਸਾਡੀ ਪੰਜਾਬੀ ਜਿਹੜੇ ਪ੍ਰਵਾਸੀ ਆ ਸਾਡੀ ਮਨੋਦਸ਼ਾ ਨੂੰ ਉਹ ਤੁਹਾਡੇ ਲਈ ਪੇਸ਼ ਕਰਦੇ ਆ ਉਹ ਕਹਿੰਦੇ ਕਿ ਮੁਕਤੀ ਮਿਲੇ ਨਾ ਮਿਲੇ ਜੀ ਮੁਕਤੀ ਮਿਲੇ ਨਾ ਮਿਲੇ ਨਹੀਂ ਫਿਕਰ ਮੈਨੂੰ ਜਨਮ ਮਿਲੇ ਤਾਂ ਸ਼ੇਰਾਂ ਦੀ ਧਾਬ ਅੰਦਰ ਜਿਹੜੀ ਜੂਨ ਵੀ ਮਿਲੇ ਮਨਜ਼ੂਰ ਮੈਨੂੰ ਐ ਪਰ ਮਿਲੇ ਤਾਂ ਮਿਲੇ ਪੰਜਾਬ ਅੰਦਰ ਆਹ ਕੀ ਬਾਤ ਹੈ ਔਰ ਅਸੀਂ ਪ੍ਰਵਾਸੀ ਹਮੇਸ਼ਾ ਕਿਉਂਕਿ ਪੰਜਾਬ ਜਿਹੜਾ ਨਾ ਇਹ ਸਾਡਾ ਪੇਕੇ ਘਰ ਹੈ ਬਿਲਕੁਲ ਜਿਵੇਂ ਕੁੜੀਆਂ ਸੌਰੀ ਚਲੀ ਜਾਂਦੀਆਂ ਫਿਰ ਉਹਨੂੰ ਆਪਣੇ ਪੇਕੇਆਂ ਦੀ ਚੜ੍ਹਦੀ ਕਲਾ ਆਪਣੇ ਪੇਕੇਆਂ ਤੋਂ ਠੰਡੀ ਹਵਾ ਭਾਲਦੀਆਂ ਆਪਣੇ ਪੇਕੇਆਂ ਤੋਂ ਖੁਸ਼ਬੂ ਭਾਲਦੀਆਂ ਔਰ ਉਹ ਇਹ ਸਦਾ ਦੁਆ ਕਰਦੀਆਂ ਕਿ ਮੇਰੇ ਪੇਕੇ ਜਿਹੜੇ ਆ ਉਹ ਘਗਵਸਣ ਰੱਜ ਕੇ ਵਸਣ ਜਵਾਨੀਆਂ ਮੰਨਣ ਬਾਲ ਬੱਚੇ ਜਿਹੜੇ ਆ ਉਹ ਕੁੜੀਆਂ ਚਿੜੀਆਂ ਮੰਗਲ ਗਾਵਣ ਜੀ ਬਾਲ ਉਡਾਵਣ ਗੁੱਡੇ ਜੀ ਗੱਭਰੂ ਕੁੱਲ ਜਵਾਨੀ ਮੰਨਣ ਤੇ ਮਾਲਾ ਫੇਰਨ ਬੁੱਢੇ ਵਾਹ ਜੀ ਵਾਹ ਦੁੱਧ ਨਾਵਣ ਪੁੱਤ ਪੋਤੀ ਖੇਡਣ ਮਾਈਆਂ ਰੱਬਰ ਜਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਿਦਾਨਾ ਕੀ ਬਾਤ ਹੈ ਕੀ ਬਾਤ ਹੈ ਬਹੁਤ ਹੀ ਖੂਬ ਵਾਕਈ ਸਹੀ ਗੱਲ ਹੈ ਤੇ ਅਸੀਂ ਨਾ ਅਕਸਰ ਇਹ ਗੱਲ ਸੁਣਦੇ ਆ ਮੈਨੂੰ ਤਾਂ ਸਬਬ ਬਣਿਆ ਨਹੀਂ ਜਾਣਦਾ ਵਿਦੇਸ਼ ਅਜੇ ਜੀ ਤੇ ਲੋਕ ਕਹਿੰਦੇ ਨੇ ਅਕਸਰ ਸੁਣਦੇ ਆ ਵੀ ਜਿਹੜਾ ਇਹ ਦਾਦਾ ਜਾਂਦਾ ਤੇ ਬੜੀ ਸਟਰਗਲ ਕਰਦਾ ਬੜੀ ਮਿਹਨਤ ਕਰਦਾ ਤੇ ਜਿਹੜਾ ਪੁੱਤਰ ਆ ਥੋੜੀ ਐਸ਼ ਕਰਦਾ ਤੇ ਪੋਤਾ ਤੇ ਬਿਲਕੁਲ ਹੀ ਐਸ਼ ਕਰਦਾ ਨਾ ਫਿਰ ਪੰਜਾਬੀ ਕਿਉਂਕਿ ਮਿਹਨਤੀ ਲੋਕ ਨੇ ਖਾਸ ਤੌਰ ਦੇ ਉਤੇ ਤੇ ਜੇ ਅਸੀਂ ਆਰਥਿਕ ਤੇ ਸਮਾਜਿਕ ਪੱਖ ਦੀ ਗੱਲ ਕਰੀਏ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਦੀ ਪ੍ਰਵਾਸੀ ਪੰਜਾਬੀਆਂ ਦੀ ਕਿਹੋ ਜਿਹਾ ਹਾਲਾਤ ਇਸ ਵੇਲੇ ਉੱਥੇ ਪਹਿਲਾਂ ਪਹਿਲਾਂ ਕੁਛੇ ਹੁੰਦਾ ਸੀ ਕਿ ਥੋੜੇ ਪੰਜਾਬੀ ਬਾਹਰ ਹੁੰਦੇ ਸੀ ਪਰ ਹੁਣ ਤਾਂ ਦੁਨੀਆ ਦਾ ਕੋਈ ਅਸਾ ਖਿੱਤਾ ਨਹੀਂ ਈਵਨ ਬਹੁਤ سارے ਜੋਕਸ ਵੀ ਬਣੇ ਹੋਏ ਆ ਵੀ ਈਵਨ ਮਾਰਸ ਉੱਤੇ ਵੀ ਜੇ ਕੋਈ ਚੰ드ਰਮਾ ਉੱਤੇ ਵੀ ਗਿਆ ਤਾਂ ਸਭ ਤੋਂ ਪਹਿਲਾਂ ਉਹਨੇ ਪੰਜਾਬੀ ਦੇਖਣੇ ਉੱਥੇ ਜਾ ਕੇ ਔਰ ਦੁਨੀਆਂ ਦੇ ਹਰ ਖਿੱਤੇ ਵਿੱਚ ਪੰਜਾਬੀ ਜਾਂਦੇ ਆ ਔਰ ਜਿੱਥੇ ਵੀ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਆ ਔਰ ਉੱਥੇ ਅਸੀਂ ਆਪਣੀਆਂ ਰੌ ਰੀਤਾਂ ਨਾਲ ਲੈ ਕੇ ਜਾਂਦੇ ਆ ਇੱਕ ਤਾਂ ਸਾਡਾ ਧਾਰਮਿਕ ਜਿਹੜਾ ਸਾਡਾ ਸੱਭਿਆਚਾਰ ਆ ਉਹਨੂੰ ਅਸੀਂ ਆਪਣੇ ਮੰਦਿਰ ਮਸਜਿਦ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਉੱਥੇ ਲੈ ਕੇ ਜਾਂਦੇ ਆ ਜੀ ਔਰ ਦੂਸਰਾ ਅਸੀਂ ਆਪਣੇ ਕਲਚਰ ਨੂੰ ਆਪਣੀ ਤਹਜ਼ੀਬ ਨੂੰ ਆਪਣੇ ਹੈਰੀਟੇਜ ਨੂੰ ਜੀ ਆਪਣੇ ਨਾਲ ਰੱਖਦੇ ਆਂ ਔਰ ਜਿੱਥੋਂ ਤੱਕ ਸਾਡੇ ਜਨਰੇਸ਼ਨ ਦਾ ਸਵਾਲ ਆ ਜਿਹੜੇ ਅਸੀਂ ਪਹਿਲੀ ਜਨਰੇਸ਼ਨ ਉੱਥੇ ਜਾਂਦੇ ਆਂ ਉੱਥੇ ਅਸੀਂ ਜਿੰਨਾ ਵੀ ਹੋ ਸਕੇ ਓਨਾ ਹੀ ਪੰਜਾਬੀ ਬੋਲ ਕੇ ਤੇ ਪੰਜਾਬੀ ਵਿੱਚ ਗੱਲਬਾਤ ਕਰਕੇ ਜਿਹੜਾ ਉਹ ਜਿੰਦਗੀ ਦਾ ਜਿਹੜਾ ਸਵਾਦ ਆ ਉਹਨੂੰ ਮਾਣਦੇ ਆਂ ਜੀ ਬਿਲਕੁਲ ਔਰ ਜੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਵਿਸਾਰ ਦਈਏ ਹਮ ਤਾਂ ਮੈਂ ਸਮਝਦਾ ਕਿ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਅਸੀਂ ਬੈਠੇ ਹੋਈਏ ਤਾਂ ਆਪਣੇ ਆਪ ਨਾਲ ਇੱਕ ਬੜਾ ਵੱਡਾ ਧੋਖਾ ਕਰ ਰਹੇ ਹਾਂ ਕਿ ਜਿਸ ਪੰਜਾਬੀ ਮਾਂ ਬੋਲੀ ਵਿੱਚ ਸਾਨੂੰ ਲੋਰੀਆਂ ਮਿਲੀਆਂ ਜਿਸ ਪੰਜਾਬੀ ਮਾਂ ਬੋਲੀ ਨੇ ਸਾਨੂੰ ਤੁਰਨਾ ਸਿਖਾਇਆ ਜਿਸ ਪੰਜਾਬੀ ਮਾਂ ਬੋਲੀ ਨੇ ਸਾਨੂੰ ਦੁਨੀਆਂ ਵਿੱਚ ਟੌਰ ਨਾਲ ਮੁੱਛ ਖੜੀ ਰੱਖ ਕੇ ਤੁਰਨ ਦਾ ਜਜ਼ਬਾ ਦਿੱਤਾ ਉਹਨੂੰ ਅਸੀਂ ਆਪਣੇ ਉੱਥੇ ਨਾਲ ਲੈ ਕੇ ਜਾਣੇ ਆਂ ਔਰ ਸਾਡੇ ਸਮਾਜ ਵਿੱਚ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪੰਜਾਬੀ ਤੇ ਪੰਜਾਬੀਅਤ ਨਾਲ ਜੋੜ ਕੇ ਰੱਖੀਏ ਜੀ ਔਰ ਉਹ ਜੋੜਨ ਦਾ ਵੱਡਾ ਤਰੀਕਾ ਇਹ ਆ ਕਿ ਜਿੰਨਾ ਪਰਿਵਾਰਾਂ ਵਿੱਚ ਦਾਦਾ-ਦਾਦੀ ਹਾਂ ਜਾਂ ਨਾਨਾ-ਨਾਨੀ ਘਰਾਂ 'ਚ ਹੈਗੇ ਆ ਜੀ ਉਹਨਾਂ ਪਰਿਵਾਰਾਂ ਦੇ ਬੱਚੇ ਜਿਹੜੇ ਆ ਉਹ ਦਾਦੇ-ਦਾਦੀ ਤੇ ਨਾਨੇ-ਨਾਨੀ ਤੋਂ ਪੰਜਾਬੀ ਦੀ ਗੁੜਤੀ ਲੈ ਲੈਂਦੇ ਆ ਜੀ ਬਿਲਕੁਲ ਤੁਹਾਨੂੰ ਪਤਾ ਨਾ ਗੁੜਤੀ ਪੁਰਾਣੇ ਜ਼ਮਾਨੇ 'ਚ ਬੀਬੀਆਂ ਹੋ ਸਕਦਾ ਬਹੁਤ ਸਾਰੇ ਦਰਸ਼ਕਾਂ ਨੂੰ ਨਾ ਪਤਾ ਹੋਵੇ ਨਵੇਂ ਜਨਮ ਵਿੱਚ ਪਹਿਲੀ ਵਾਰੀ ਜਦੋਂ ਬੱਚੇ ਨੂੰ ਕੁਝ ਦੇਣਾ ਹਾਂ ਨਵੇਂ ਜਨਮੇ ਬੱਚੇ ਨੂੰ ਉਹਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਸੀ ਜੀ ਜੀ ਪਿੰਡ ਚੋਂ ਸਿਆਣੀ ਮਾਂ ਸਦਕੇ ਉਦੋਂ ਗੁੜਤੀ ਦਵਾਈ ਜਾਂਦੀ ਸੀ ਤੇ ਜੇ ਮੇਰੇ ਵਰਗਾ ਬੱਚਾ ਮਿੱਠਾ ਜਾਂ ਬੋਲੇ ਤੋਤਲਾ ਜਾਂ ਬੋਲੇ ਤੇ ਰੋਤੀ ਨੂੰ ਲੋਤੀ ਕਹੇ ਫਿਰ ਉਹ ਬਾਈਆਂ ਵਾਂ ਮਾਈਆਂ ਨੇ ਕਹਣਾ ਕੋੜੇ ਮਿੱਠੋ ਬੀਬੇ ਨੇ ਗੁੜਤੀ ਦਿੱਤੀ ਸੀ ਤਾਂ ਇਹਨਾਂ ਮਿੱਠਾ ਬੋਲਦਾ ਤੇ ਜੇ ਮੇਰੇ ਵਰਗਾ ਉਖੜੇ ਕੋੜੇ ਵਾਂਗੂ ਪਵੇ ਗਾੜੀ ਗਲੋਚ ਕਰੇ ਫਿਰ ਅਗਲਾ ਕਹਿੰਦੇ ਨੂੰ ਗੁੜਤੀ ਵੀ ਕੌੜੀ-ਬੁੜੀ ਦੀ ਦਿੱਤੀ ਹੋਈ ਹੈ ਇਸ ਲਈ ਉਹ ਗੁੜਤੀ ਜਿਹੜੀ ਆ ਨਾ ਉਹ ਸੀ ਚਾਹੁੰਦੇ ਆ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਇੱਕ ਜਾਗ ਦੇ ਤੌਰ ਤੇ ਲੱਗੇ ਤਾਂ ਕਿ ਉਹ ਫਿਰ ਅੱਗੇ ਪੰਜਾਬ ਵਰ ਪੰਜਾਬੀਅਤ ਨੂੰ ਪਰਫੁੱਲਤ ਕਰ ਸਕਣ ਕਿਉਂਕਿ ਸਦਵਾ ਸਰ ਅਸੀਂ ਇਹ ਮਹਿਸੂਸ ਕਰਦੇ ਆ ਕਿ ਬਹੁਤ ਸਾਰੇ ਪੰਜਾਬੀ ਐ ਜਿਹੜੇ ਅੱਜ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਆਪਣੀ ਮਾਂ ਬੋਲੀ ਦਾ ਪਹਿਰਾ ਦਿੰਦੇ ਪਏ ਨੇ ਉਹਨਾਂ ਦੇ ਵਿੱਚੋਂ ਤੁਸੀਂ ਇੱਕ ਹੈਗੇ ਹੋ ਮਿਹਰਬਾਨ ਉਹ ਕਹਿੰਦਾ ਨਾ ਵਨ ਆਫ ਥੈਮ ਹਨਾ ਉਹਨਾਂ ਚ ਤੁਸੀਂ ਇੱਕ ਹੋ ਜਿਹੜੇ ਪੰਜਾਬੀ ਮਾਂ ਬੋਲੀ ਦਾ ਪਹਿਰਾ ਦਿੰਦੇ ਪਏ ਠੋਕ ਕੇ ਪਹਿਰਾ ਦਿੰਦੇ ਪਏ ਉਹ ਵੀ ਆਪਣੀ ਮਾਂ ਬੋਲੀ ਨੂੰ ਨਹੀਂ ਵਿਸਾਰਨਾ ਚਾਹੀਦਾ ਬਹੁਤ ਸਾਰੀ ਜਨਰੇਸ਼ਨ ਹੈ ਜਿਹੜੀ ਹੁਣ ਜਾਂਦੀ ਪਈ ਹੈ ਤੁਸੀਂ ਜਾ ਕੇ ਬੜੀ ਸਟਰਗਲ ਕੀਤੀ ਬੜੀ ਮਿਹਨਤ ਕੀਤੀ ਹੋਵੇਗੀ ਉਸ ਸਮੇਂ ਦੇ ਵਿੱਚ ਕਿਉਂਕਿ ਤੁਹਾਨੂੰ ਉਹਦੇ ਬਾਰੇ ਜਿਆਦਾ ਪਤਾ ਜਿਹੜਾ ਕਹਿੰਦਾ ਨਾ ਜਿਹਦੇ ਉੱਤੇ ਬੀਤਦੀ ਹੈ ਉਹਨੂੰ ਜਿਆਦਾ ਵਧੀ ਹੁਣ ਵੀ ਬਹੁਤ ਸਾਰੇ ਜਨਰੇਸ਼ਨਾਂ ਲਗਾਤਾਰ ਜਿਹੜੀ ਚਾਹੁੰਦੀ ਵੀ ਅਸੀਂ ਉੱਥੇ ਜਾ ਕੇ ਭਾਵੇਂ ਉਹ ਕਹਿਣ ਵੀ ਅਸੀਂ ਸਟੱਡੀ ਬੇਸ ਤੇ ਜਾਂਦੇ ਪਿਆ ਕਿਸ ਪਰਪਸ ਦੇ ਵਾਸਤੇ ਜਾਂਦੇ ਪਿਆ ਸਾਰੇ ਜਾਣਦੇ ਹੁੰਦੇ ਆ ਜੀ ਜੀ ਤੁਹਾਨੂੰ ਲੱਗਦਾ ਕਿ ਉਹ ਅੱਜ ਆਪਣੀ ਮਾਂ ਬੋਲੀ ਨੂੰ ਉੱਥੇ ਜਾ ਕੇ ਚੇਤੇ ਰੱਖਦੇ ਨੇ ਲੱਗਦਾ ਤੁਹਾਨੂੰ ਬਿਲਕੁਲ ਦੇਖੋ ਮੈਂ ਜਿਵੇਂ ਪਹਿਲਾਂ ਕਿਹਾ ਕਿ ਸਾਡੇ ਵੇਲੇ ਉੱਥੇ ਹੁੰਦਾ ਸੀ ਕਿ ਸਾਨੂੰ ਬਹੁਤੀ ਅੰਗਰੇਜ਼ੀ ਬੋਲ ਕੇ ਕੰਮ ਕਾਜ ਮਿਲਦੇ ਸੀ ਜੀ ਜੀ ਬਿਲਕੁਲ ਸਾਨੂੰ ਅੰਗਰੇਜ਼ੀ ਵਿੱਚ ਹੀ ਗੱਲਬਾਤਾਂ ਕਰਕੇ ਕਿਸੇ ਬਾਸ ਨਾਲ ਗੱਲਬਾਤ ਕਰਨੀ ਪੈਂਦੀ ਸੀ ਪਰ ਅੱਜ ਕੱਲ੍ਹ ਉੱਥੇ ਆਪਣੇ ਪੰਜਾਬੀਆਂ ਦੇ ਏਡੇ ਕਾਰੋਬਾਰ ਆ ਜੀ ਚਾਹੇ ਤੁਸੀਂ ਯੂਕੇ ਚ ਲੈ ਲੋ ਚਾਹੇ ਕੈਨੇਡਾ ਚ ਲੈ ਲੋ ਚਾਹੇ ਆਸਟ੍ਰੇਲੀਆ ਚ ਲੈ ਲੋ ਸਾਡੇ ਆਪਣੇ ਬਿਜ਼ਨਸ ਏਡੇ ਵੱਡੇ ਵੱਡੇ ਆ ਔਰ ਬਹੁਤ ਸਾਰੇ ਨਵੇਂ ਜਿਹੜੇ ਇੱਥੋਂ ਬੱਚੇ ਜਾਂਦੇ ਆ ਉਹਨਾਂ ਨੂੰ ਅਸੀਂ ਹਾਇਰ ਕਰਦੇ ਆ ਤੇ ਉਹਨਾਂ ਨੂੰ ਉੱਥੇ ਅੰਗਰੇਜ਼ੀ ਬੋਲਣ ਦੀ ਲੋੜ ਨਹੀਂ ਹੁਣ ਤਾਂ ਕਈ ਵਾਰੀ ਗੋਰੇ ਵੀ ਜੇ ਉੱਥੇ ਕੰਮ ਲੈਣ ਆਉਣ ਤਾਂ ਉਹਨਾਂ ਨੂੰ ਪੰਜਾਬੀ ਸਿੱਖਣੀ ਪੈਂਦੀ ਹੈ ਜੀ ਔਰ ਸਾਡੇ 에ਅਰਪੋਰਟ ਉੱਤੇ ਵੀ ਜਦੋਂ ਅਸੀਂ ਉਤਰਦੇ ਹਾਂ ਤਾਂ ਜੀਆ ਨੂੰ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਕੀ ਬਾਤ ਹੈ ਔਰ ਸਾਡੇ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਤੀਜੇ ਨੰਬਰ ਉੱਤੇ ਪੰਜਾਬੀ ਬੋਲੀ ਬੋਲੀ ਜਾਂਦੀ ਹੈ 18 ਤੋਂ ਵੱਧ ਮੈਂਬਰ ਪਾਰਲੀਮੈਂਟ ਨੇ ਸਾਡੇ ਪੰਜਾਬ ਪੰਜਾਬੀ ਦੇ ਜੀ ਔਰ ਚਾਰਕ ਮਨਿਸਟਰ ਨੇ ਜਿਹੜੇ ਫੈਡਰਲ ਮਨਿਸਟਰ ਔਰ ਇਸੇ ਤਰ੍ਹਾਂ ਪ੍ਰੋਵਿੰਸ਼ਲ ਵੀ ਸਾਡੇ ਐਮ ਐਲ ਏ ਵੀ ਨੇ ਮਿਸਟਰ ਵੀ ਨੇ ਤਾਂ ਜਿਹੜੇ ਨਵੇਂ ਬੱਚੇ ਜਾਂਦੇ ਆ ਇੱਕ ਤਾਂ ਇਹ ਬੱਚੇ ਗਲੋਬਲਾਈਜੇਸ਼ਨ ਹੋ ਗਿਆ ਹੁਣ ਹੂੰ ਹੂੰ ਹੁਣ ਉਹਨਾਂ ਕੋਲ ਬੜਾ ਮੈਟਰ ਆ ਉਹਨਾਂ ਕੋਲ ਸਾਧਨ ਨੇ ਔਰ ਉਹ ਇੱਥੋਂ ਪੰਜਾਬੀ ਸਿੱਖ ਕੇ ਜਾਂਦੇ ਆ ਔਰ ਉੱਥੇ ਜਾ ਕੇ ਉਹਨਾਂ ਨੂੰ ਕਿਉਂਕਿ ਪੰਜਾਬੀ ਵਿੱਚ ਹੀ ਕੰਮ ਕਾਜ ਮਿਲ ਜਾਂਦੇ ਆ ਜੀ ਔਰ ਪੰਜਾਬੀ ਗਾਣੇ ਸੁਣਨ ਨੂੰ ਮਿਲ ਜਾਂਦੇ ਆ ਪੰਜਾਬੀ ਰੇਡੀਓ ਪ੍ਰੋਗਰਾਮ ਸੁਣਨ ਨੂੰ ਮਿਲ ਜਾਂਦੇ ਆ ਔਰ ਇੰਨਾ ਕੁੰਨ ਤੇ ਕ੍ਰੇਜ਼ ਪੈਦਾ ਹੋ ਜਾਂਦਾ ਹੈ ਕਿ ਆਪਣੀ ਮਾਂ ਬੋਲੀ ਪ੍ਰਤੀ ਉਹ ਸੁਚੇਤ ਵੀ ਹੈਗੇ ਨੇ ਜੀ ਔਰ ਅਸੀਂ ਆਪਣੇ ਜਿਹੜੇ ਉੱਥੇ ਸਾਡੇ ਬੱਚੇ ਆ ਉਹਨਾਂ ਨੂੰ ਵੀ ਪੰਜਾਬੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਰਹੇ ਨੇ ਮੈਂ ਇੱਕ ਛੋਟੀ ਜੀ ਤੁਹਾਨੂੰ ਇੱਕ ਰੁਬਾਈ ਦੇ ਤੌਰ ਉਤੇ ਜੀ ਬਾਪੂ ਕਰਨਾਲ ਸਿੰਘ ਪਾਰਸ ਉਹਨਾਂ ਦੀਆਂ ਲਾਈਨਾਂ ਮੇਰੇ ਪਿਤਾ ਜੀ ਸਰਦਾਰ ਰਣਜੀਤ ਸਿੰਘ ਸਿੱਧਵਾ ਆਪਣੀ ਬਲੰਦ ਆਵਾਜ਼ ਵਿੱਚ ਗਾਉਂਦੇ ਹੁੰਦੇ ਸੀ ਉਹ ਕਹਿੰਦੇ ਬਈ ਫਿਤਾ ਫਿਤਾ ਹੋ ਜਾਂਦੀ ਕਬੀਲਦਾਰੀ ਕੱਲੀ ਕੱਲੀ ਲਾਈਨ ਸੋਣ ਵਾਲੀ ਆ ਜੇ ਪਰਿਵਾਰਾਂ ਚ ਫੁੱਟ ਪੈ ਜਾਏ ਪਰਿਵਾਰ ਤਬਾਹ ਹੋ ਜਾਂਦੇ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਤੇ ਜੇਕਰ ਗੰਢ ਇਤفاق ਦੀ ਖੁੱਲ ਜਾਵੇ ਨਾਲ ਮੰਤਰਾਂ ਨਹੀਂ مشਾਲ ਮੱਚਦੀ ਤੇਲ ਮੁੱਕਿਆਂ ਦੀਵਾ ਹੋ ਗੁਲ ਜਾਵੇ ਲੱਖਾਂ ਯਤਨ ਕਰੀਏ ਮੁੜਨਾ ਪਵੇ ਭਾਂਡੇ ਤੇ ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ ਮਾਰਿਆ ਮੂਲ ਨਹੀਂ ਮੁੱਕਦੀ ਕੌਮ ਕੋਈ ਤੇ ਜਬਰ ਜਹਾਨ ਦਾ ਕੁੱਲ ਜਾਵੇ ਪਰ ਪਾਰਸ ਮਿਟ ਜਾਂਦੀ ਅਖਰ ਗਲਤ ਵਾਂਗੂ ਜਿਹੜੀ ਕੌਮ ਆਪਣੀ ਬੋਲੀ ਨੂੰ ਭੁੱਲ ਜਾਵੇ ਬਿਲਕੁਲ ਬਿਲਕੁਲ ਜਿਹੜੇ ਲੋਕ ਬੋਲੀ ਭੁੱਲ ਜਾਂਦੇ ਆ ਉਹਨਾਂ ਨੂੰ ਫਿਰ ਸਮਾਂ ਇਜਾਜ਼ਤ ਨਹੀਂ ਦਿੰਦਾ ਬਿਲਕੁਲ ਮੈਨੂੰ ਲੱਗਦਾ ਕਿ ਉਹਨਾਂ ਨੂੰ ਦੁਨੀਆ ਵੀ ਭੁੱਲ ਜਾਂਦੀ ਹੈ ਜਿਹੜੇ ਆਪਣੀ ਮਾਂ ਬੋਲੀ ਨੂੰ ਵਿਸਾਰ ਦਿੰਦੇ ਨੇ ਬੜੀ ਮਾਣ ਦੀ ਗੱਲ ਹੈ ਕਿ ਅੱਜ ਜਿਹੜੀ ਸ਼ਖਸੀਅਤ ਮੇਰੇ ਨਾਲ ਬੈਠੀ ਹੋਈ ਹੈ ਉਹਨਾਂ ਦੇ ਪਿਤਾ ਕਵੀਸ਼ਰ ਰਣਜੀਤ ਸਿੰਘ ਸਿੱਧਵਾ ਜੀ ਜਿਨ੍ਹਾਂ ਦਾ ਆਪਣੇ ਸਮੇਂ ਦੇ ਵਿੱਚ ਬੜੀ بلند ਆਵਾਜ਼ ਤੇ ਬੜੀ ਇੱਕ ਵੱਖਰੀ ਪਛਾਣ ਸੀ ਔਰ ਸਭ ਤੋਂ ਵੱਡੀ ਗੱਲ ਕੀ ਅੱਜ ਤੁਸੀਂ ਸਾਡੇ ਨਾਲ ਬੈਠੇ ਹੋ ਮੇਰੇ ਨਾਲ ਬੈਠੇ ਹੋ ਪ੍ਰੋਗਰਾਮ ਕਰਦੇ ਪਿਓ ਕਿਉਂਕਿ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਪਛਾਣ ਸੀ ਇੱਕ ਵੱਖਰੀ ਪਛਾਣ ਸੀ ਤੁਸੀਂ ਵੀ ਉਹਨਾਂ ਦਾ ਨਾਲ ਲਗਾਇਆ ਤੇ ਇੱਕ ਬੜਾ ਗੀਤ ਹਰ ਭਜਨ ਮੰਦਾ ਪਰ ਫੁੱਲੇ ਤਾਂ ਬੜਾ ਹੀ ਲੋਕਾਂ ਨੂੰ ਪਸੰਦ ਆ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਇਹ ਗੀਤ ਜਿਹੜਾ ਇਹਨਾਂ ਦੇ ਪਿਤਾ ਜੀ ਨੇ ਗਾਇਆ ਸੀ ਤੁਸੀਂ ਵੀ ਗਾਉਂਦੇ ਰਹੇ ਹੋ ਹੈਨਾ ਮੈਨੂੰ ਲੱਗਦਾ ਆਪਾਂ ਨੂੰ ਪੁਰਾਣੇ ਸਮੇਂ ਦੇ ਵਿੱਚ ਚਲੇ ਗਏ ਆ ਸਮਾਂ ਤੁਹਾਨੂੰ ਚੇਤਾ ਆਉਂਦਾ ਨਾ ਮੈਨੂੰ ਤਾਂ ਵੈਸੇ ਨਹੀਂ ਪਤਾ ਪਰ ਤੁਹਾਨੂੰ ਉਹ ਸਮਾਂ ਜ਼ਰੂਰ ਚੇਤਾ ਆਂਦਾ ਹੋਵੇਗਾ ਮੈਂ ਚਾਹਾਂਗੀ ਥੋੜਾ ਜਿਹਾ ਆਪਣੇ ਪਿਤਾ ਜੀ ਬਾਰੇ ਵੀ ਸੁਣਨਾ ਸਾਂ ਜ਼ਰੂਰੀ ਪਾਓ ਕਿਉਂਕਿ ਉਹਨਾਂ ਨੇ ਵੀ ਪੰਜਾਬੀ ਦੇ ਬਾਰੇ ਬਹੁਤ ਸਾਰੇ ਕਾਰਜ ਨੇ ਜਿਹੜੇ ਕੀਤੇ ਨੇ ਮੇਰੇ ਪਿਤਾ ਜੀ ਆ ਸਧਾਰਨ ਕਿਸਾਨੀ ਪਰਿਵਾਰ ਵਿੱਚੋਂ ਸਿੱਧਵਾਂ ਖੁਰਦ ਜਿੱਥੇ ਕਿ ਲੜਕੀਆਂ ਦਾ ਬਹੁਤ ਵੱਡਾ ਕਾਲਜ ਆ ਉਸ ਪਿੰਡ ਵਿੱਚ ਮੇਰੇ ਪਿਤਾ ਜੀ ਸ਼੍ਰੋਮਣੀ ਕਬੀਸ਼ਰ ਰਣਜੀਤ ਸਿੰਘ ਸਿੱਧਵਾਂ ਦਾ ਜਨਮ ਹੋਇਆ ਸ਼੍ਰੋਮਣੀ ਕਵੀਸ਼ਰ ਬਾਪੂ ਕਰਨਾਲ ਸਿੰਘ ਪਾਰਸ ਦੀ ਪਾਰਖੂ ਅਖਨੀ ਜੀ ਮੇਰੇ ਪਿਤਾ ਦੇ ਵਿੱਚ ਜਿਹੜੇ ਗੁਣ ਸੀ ਜੀ ਉਹਨਾਂ ਨੂੰ ਪਛਾਣਿਆ ਜੀ ਤੇ ਉਹਨਾਂ ਨੂੰ ਉਹਨਾਂ ਨੇ ਆਪਣੇ ਜੱਥੇ ਦਾ ਹੀਰੋ ਬਣਾ ਲਿਆ ਹੂੰ ਕਿਉਂਕਿ ਬਾਪੂ ਜੀ ਸਾਲ ਕਰਨਾਲ ਸਿੰਘ ਪਾਰਸ ਕੋਲ ਸ਼ਬਦਾਵਲੀ ਦਾ ਹਰ ਸੀ ਜੀ ਉਹਨਾਂ ਦੀ ਕਵਿਤਾ ਜਿਹੜੀ ਅੱਜ ਵੀ ਹਰ ਸਬਜੈਕਟ ਉੱਤੇ ਉਸ ਮੇਚ ਦੀ ਉਸ ਬਰਾਬਰ ਦੀ ਕਵਿਤਾ ਕੋਈ ਨਹੀਂ ਜੀ ਤੇ ਮੇਰੇ ਪਿਤਾ ਜੀ ਸਾਲ ਅਨਜੀਤ ਸਿੰਘ ਸਦਵਾ ਦੀ ਆਵਾਜ਼ ਦੇ ਮੁਕਾਬਲਾ ਅਾ ਅਧਵੀ ਲੋਕ ਕਹਿੰਦੇ ਆ ਕਿ ਜਦੋਂ ਰਣਜੀਤ ਸੱਧੂ ਵਾਲਾ ਦੋ ਰਾਜਾ ਹੀਕ ਲਾਉਂਦਾ ਸੀ ਤਾਂ ਅਸਮਾਨ ਵਿੱਚ ਕੁਦਰਤ ਵੀ ਉੱਥੋਂ ਪਿਆਰ ਦੀ ਬਰਖਾ ਕਰਦੀ ਸੀ ਤੇ ਦਰਖਤਾਂ ਦੇ ਪੱਤੇ ਝੜ ਜਾਂਦੇ ਸੀ ਔਰ ਬਿਨਾ ਸਪੀਕਰਾਂ ਤੋਂ ਗਾਉਂਦੇ ਸੀ ਜਿਹੜੀ ਕਵਿਤਾ ਤੁਸੀਂ ਜਗ ਜੰਕਸ਼ਨ ਰੇਲਾਂ ਦਾ ਜ਼ਿਕਰ ਕੀਤਾ ਉਹ ਉਹਨਾਂ ਨੇ ਤਕਰੀਬਨ 1960 ਦੇ ਕਰੀਬ 62 ਦੇ ਕਰੀਬ ਐਚ ਐਮ ਵੀ ਕੰਪਨੀ 'ਚ ਰਿਕਾਰਡ ਕੀਤੀ ਸੀ ਜੀ ਮੇਰੇ ਪਿਤਾ ਜੀ ਤੇ ਬਾਪੂ ਕਰਨਾਲ ਸਿੰਘ ਪਾਰਸ ਤੇ ਚੰਦ ਸਿੰਘ ਗੱਡੀ ਉਹਨਾਂ ਦੀ ਕਵੀਸ਼ਰੀ ਦਾ ਜੱਥਾ ਇੰਨਾ ਮਸ਼ਹੂਰ ਸੀ ਕਿ ਜਿਵੇਂ ਅੱਜ ਕੱਲ ਦੇ ਵੱਡੇ ਵੱਡੇ ਰਪੰਜਨ ਮਾਲ ਹੋਣਾ ਤੋਂ ਲੋਕ ਟਾਈਮ ਲੈ ਕੇ ਕਲਾਕਾਰਾਂ ਤੋਂ ਕਹਿੰਦੇ ਆ ਕਿ ਜਿੱਦਨ ਤੁਸੀਂ ਟਾਈਮ ਦਿਓਗੇ ਉਸ ਦਿਨ ਆਪਣੇ ਮੁੰਡੇ ਦਾ ਵਿਆਹ ਮੰਗਣਾ ਕਰਾਂਗੇ ਇਸੇ ਤਰ੍ਹਾਂ ਉਹਨਾਂ ਦੇ ਜੱਥੇ ਤੋਂ ਕਹਿੰਦੇ ਸੀ ਵੀ ਰਾਮੂ ਵਾਲੀ ਤੇ ਸਦਮਾ ਵਾਲੇ ਲੈ ਕੇ ਆਉਣੇ ਆ ਪਹਿਲਾਂ ਉਹਨਾਂ ਤੋਂ ਤਰੀਕ ਲੈ ਲਓ ਫਿਰ ਆਪਾਂ ਆਪਣੇ ਪ੍ਰੋਗਰਾਮ ਜਿਹੜਾ ਰੱਖਾਂਗੇ ਅੱਛਾ ਉਹਨਾਂ ਦੀ ਇੱਕ ਕਵੀਸ਼ਰੀ ਸੀ ਪਹਿਲੀ ਸਭ ਤੋਂ ਪਹਿਲਾਂ ਉਹਨਾਂ ਦਾ ਰਿਕਾਰਡ ਬੜਾ ਪਪੂਲਰ ਜੀ ਉਦੋਂ ਤਵੇ ਕਹਿੰਦੇ ਹੁੰਦੇ ਸੀ ਜੀ 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 ਤਵੇ ਜਿਹੜੇ ਲੱਖ ਦੇ ਹੁੰਦੇ ਸੀ ਵੱਡੇ ਵੱਡੇ ਹੁੰਦੇ ਸੀ ਜੀ ਇੱਕ ਪਾਸੇ ਇੱਕ ਗੀਤ ਦੂਜੇ ਪਾਸੇ ਦੂਜਾ ਉਹ ਸੀ ਹੈ ਆਉਣ ਜਾਣ ਬਣਿਆ ਦੁਨੀਆਂ ਚੌਕ ਦਿਨਾਂ ਦਾ ਮੇਲਾ ਉੱਤ ਬੈਠ ਬਨੇਰੇ ਦੇ ਗੁਟਕੂ ਕਹੇ ਕਬੂਤਰ ਚੀਨਾ ਪਿਆ ਘੁਮਰਾ ਪਾਉਂਦਾ ਸੀ ਉੱਚਾ ਤਾਣ ਤਾਣ ਕੇ ਸੀਨਾ ਉਤੋਂ ਬਾਅਦ ਚਪਟ ਮਾਰੀ ਪਾਸਿਓਂ ਪੋਟੇ ਪਿਆ ਗੁਲੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਕ ਦਿਨਾਂ ਦਾ ਮੇਲਾ ਤੋਂ ਫਿਰ ਉਹਨਾਂ ਦੀ ਬਹੁਤ ਪੰਜਾਬੀਅਤ ਵਿੱਚ ਗੁੱਡੀ ਚੜੀ ਹੋਈ ਸੀ ਜੀ ਤੋਂ ਪਾਪਾਈ ਸਾਹਿਬ ਰਣਜੀਤ ਸਿੰਘ ਸਿੱਧਵਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਵੀ ਲੱਗੀ ਹੋਈ ਹੈ ਇਹ ਪੰਜਾਬ ਇਹ ਜਿਹੜਾ ਸਭ ਕੁਝ ਆ ਨਾ ਜੀ ਇਦੇ ਵਿੱਚ ਸਾਡੀ ਕੋਈ ਪ੍ਰਾਪਤੀ ਨਹੀਂ ਇਹ ਸਭ ਕੁਝ ਸਾਨੂੰ ਪੰਜਾਬੀ ਮਾਂ ਬੋਲੀ ਦੀ ਜੀ ਬਿਲਕੁਲ ਬਿਲਕੁਲ ਲੋਕੀ ਕਹਿੰਦੇ ਨਾ ਵੀ ਅਹ ਹਮ ਤੋ ਹਿੰਦੀ ਬੋਲेंगे ਜੀ ਹਮ ਤੋ ਅੰਗਰੇਜ਼ੀ ਬੋਲेंगे ਜੀ ਅਕਸਰ ਅਸੇ ਸੁਣਦੇ ਆ ਮਾਂ ਪਿਓ ਵੀ ਕਹਿੰਦੇ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਜੀ ਹਨਪੜਾਂ ਦੀ ਭਾਸ਼ਾ ਇਹ ਗੱਲ ਕਹਿੰਦੇ ਨੇ ਔਰ ਸਭ ਤੋਂ ਵੱਡੀ ਤੇ ਸਭ ਤੋਂ ਮਾਣ ਵਾਲੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣ ਲੱਗੀ ਆ ਕਿ ਆਪਣਾ 40 ਸਾਲਾਂ ਤੋਂ ਵਿਦੇਸ਼ ਦੇ ਵਿੱਚ ਰੇਡੀਓ ਚਲਾਉਂਦੇ ਪਏ ਨੇ ਔਰ ਉਹ ਵੀ ਪੰਜਾਬੀ ਰੇਡੀਓ ਜੀ ਜੀ ਔਰ ਇਹ ਬੜੀ ਵੱਡੀ ਪ੍ਰਾਪਤੀ ਹੈ ਸਰ ਤੁਹਾਡੇ ਵਾਸਤੇ ਮੈਨੂੰ ਲੱਗਦਾ ਤੇ ਕੀ ਲੱਗਦਾ ਹੈ ਜਿਹੜੇ ਉਥੋਂ ਦੇ ਬਿਜ਼ਨਸ ਨੇ ਕੀ ਉਹ ਰੇਡੀਓ ਦੇ ਸਿਰ ਤੇ ਚੱਲਦੇ ਨੇ ਲੋਕ ਪਸੰਦ ਕਰਦੇ ਆ ਉਸ ਚੀਜ਼ ਨੂੰ ਇੱਕ ਤਾਂ ਮੈਂ ਜਿਵੇਂ ਸ਼ੁਰੂ ਚ ਕਿਹਾ ਸੀ ਕਿ ਅਸੀਂ ਜਿਹੜੇ ਪ੍ਰਵਾਸੀ ਪੰਜਾਬੀ ਆ ਨਾ ਜੀ ਕਈ ਇੱਥੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਬੋਲੀ ਜੀ ਕਲਚਰ ਤਹਜ਼ੀਬ ਇੱਥੋਂ ਦਾ ਜਿਹੜਾ ਸਾਨੂੰ ਪਾਉਣੇ ਅਸੀਂ ਕੱਪੜਾ ਵਾ ਜੀ ਪਹਿਰਾਵਾ ਉਹ ਗਿਫਟ ਦੇ ਤੌਰ ਤੇ ਮਿਲ ਜਾਂਦਾ ਜੀ ਵਿਦੇਸ਼ਾਂ ਵਿੱਚ ਉਹ ਸਾਡੀ ਭੁੱਖ ਹੈ ਬਿਲਕੁਲ ਪੰਜਾਬੀ ਉੱਥੇ ਸਾਨੂੰ ਉਹ ਨਾ ਚਰਚੈਨ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਪੰਜਾਬੀ ਚ ਨਹੀਂ ਬੋਲ ਲੈਂਦੇ ਬਿਲਕੁਲ ਸਾਡਾ ਬੱਚਾ ਜੇ ਆ ਕੇ ਸਾਨੂੰ ਸਕੂਲ ਤੋਂ ਕਹੂ ਹੈਲੋ ਡੈਡੀ ਸਤਿ ਸ੍ਰੀ ਅਕਾਲ ਤਾਂ ਸਾਡਾ ਸੇਰ ਖੂਨ ਵਜ ਜਾਂਦਾ ਬਿਲਕੁਲ ਔਰ ਇਹ ਜਿਹੜੀ ਜਿਹੜੇ ਰੇਡੀਓ ਪ੍ਰੋਗਰਾਮ ਉੱਥੇ ਚੱਲਦੇ ਆ ਜੀ ਉਹ ਇਸੇ ਦਲ ਵਿੱਚੋਂ ਨਿਕਲੇ ਹੋਏ ਪ੍ਰੋਗਰਾਮ ਆ ਕਿ ਜਿਹੜੇ ਉੱਥੇ ਦੇ ਇੱਕ ਤਾਂ ਸਾਡੇ ਕੋਲ ਆਡੀਅנס ਸਭ ਤੋਂ ਪਹਿਲਾਂ ਕੋਈ ਤੁਸੀਂ ਜੇ ਕਿਸਮ ਕੁਝ ਸੁਣਾਉਣਾ ਹੈ ਹੁਣ ਦੂਰਦਰਸ਼ਨ ਉੱਤੇ ਪ੍ਰੋਗਰਾਮ ਆਪਾਂ ਕਰ ਰਹੇ ਆ ਔਡੀਅেন্স ਦੇਖ ਰਹੀ ਆ ਦਰਸ਼ਕ ਸਾਨੂੰ ਦੇਖ ਰਹੇ ਆ ਇਸੇ ਕਾਰਨ ਇਸ ਜਿਹੜਾ ਗੱਲਾਂ ਤੇ ਗੀਤ ਪ੍ਰੋਗਰਾਮ ਆ ਉਹਦੀ ਟੀਆਰਪੀ ਬਹੁਤ ਜ਼ਿਆਦਾ ਤਾਂ ਕਿ ਜੀ ਇਹਨੂੰ ਸੁਣਨਾ ਹੀ ਸੁਣਨਾ ਸੀ ਕਿਉਂਕਿ ਇਹਦੇ ਚ ਸਾਡੇ ਵਿਰਸੇ ਦੀ ਗੱਲ ਹੋ ਰਹੀ ਆ ਅੱਛਾ ਇਹ ਜਿਹੜੇ ਰੇਡੀਓ ਪ੍ਰੋਗਰਾਮ ਵੀ ਤਾਂ ਹੀ ਕਾਮਯਾਬ ਆ ਜੇ ਅਸੀਂ ਉੱਥੇ ਨੀਤੂ ਜੀ ਉੱਥੋਂ ਦੀ ਸਿਆਸਤ ਜਾਂ ਉੱਥੋਂ ਦੇ ਪ੍ਰਧਾਨ ਮੰਤਰੀ ਜਾਂ ਉੱਥੋਂ ਦੇ ਲੀਡਰਾਂ ਦੀਆਂ ਕੁਝ ਗੱਲਾਂ ਕਰਨ ਬੈਠ ਜਾਈਏ ਤਾ ਸਾਡੀ ٹی آر پی ایک دم ਥੱਲੇ ਡਿੱਗ ਪਈ ਜੀ ਜੀ ਬਿਲਕੁਲ ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਬਿਲਕੁਲ ਪੰਜਾਬ ਵਿੱਚ ਕੀ ਮਾਹੌਲ ਹੈ ਪੰਜਾਬ ਅੱਜਕੱਲ ਮੌਸਮ ਕਿਉਂ ਜਿਆ ਪੰਜਾਬ ਦੇ ਕਣਕ ਕਿਸ ਤਰ੍ਹਾਂ ਦੀ ਹੋ ਰਹੀ ਹੈ ਪੰਜਾਬ ਵਿੱਚ ਜਿਹੜੇ ਇੱਥੋਂ ਦਾ ਰਹਿਣ ਸਹਿਣ ਕਿਉਂ ਜਿਆ ਫਿਰ ਜਿਹੜੇ ਲੋਕ ਸਾਨੂੰ ਉੱਥੇ ਰੱਜ ਕੇ ਉਹਨੂੰ ਸੁਣਦੇ ਆ ਤੇ ਜਿਹੜੇ ਬਿਜ਼ਨਸ ਪਰਸਨਸ ਆ ਉਹ ਉਸੇ ਨੂੰ ਵੀ ਪ੍ਰੋਗਰਾਮ ਜਾਂ ਐਡਵਰਟਾਈਜ਼ਮੈਂਟ ਦਿੰਦੇ ਆ ਜੀ ਇਹ ਪੰਜਾਬੀ ਦੀ ਗੱਲ ਕਰਦੇ ਆ ਪੰਜਾਬੀ ਦੀ ਗੱਲ ਕਰਨਗੇ ਤੇ ਜਿਹਦੀ ਗੱਲ ਸੁਣ ਕੇ ਉਹਨਾਂ ਦੇ ਸਰੋਤੇ ਉਹਨਾਂ ਦੀਆਂ ਦੁਕਾਨਾਂ ਤੇ ਜਾ ਕੇ ਜਾਂ ਉਹਨਾਂ ਦੇ ਕਾਰੋਬਾਰ ਨੂੰ ਚਮਕਾਉਣ ਵਿੱਚ ਸਹਾਈ ਹੋਣ ਬਿਲਕੁਲ ਅੱਛਾ ਨਵੀਂ ਪਨੀਰੀ ਦੀ ਗੱਲ ਕਰਦੇ ਆ ਕਿਉਂਕਿ ਤੁਹਾਨੂੰ ਲੰਬਾ ਸਮਾਂ ਹੋ ਚੁੱਕਾ ਹੈ ਵਿਦੇਸ਼ ਦੇ ਵਿੱਚ ਜਿਹੜੇ ਉੱਥੋਂ ਦੇ ਜੰਮਪਾਲ ਬੱਚੇ ਆ ਉੱਥੇ ਹੀ ਪੈਦਾ ਹੋਏ ਨੇ ਕਿ ਉਹ ਪੰਜਾਬੀ ਦੇ ਨਾਲ ਜੁੜਦੇ ਪਏ ਨੇ ਕਿਉਂਕਿ ਮੈਂ ਤੁਹਾਡੇ ਬੇਟੇ ਦੀ ਵੀ ਜੇ ਗੱਲ ਕਰਾਂ ਤੇ ਮੈਨੂੰ ਤਾਂ ਬੜਾ ਮਾਣ ਮਹਿਸੂਸ ਹੋਇਆ ਵੀ ਇੰਨੀ ਸੋਹਣੀ ਪੰਜਾਬੀ ਕੋਈ ਕਿੱਦਾਂ ਬੋਲ ਸਕਦਾ ਉੱਥੇ ਦਾ ਜੰਪਲ ਜੀ ਜੀ ਕੀ ਲੱਗਦਾ ਤੁਹਾਨੂੰ ਕਿ ਉੱਥੋਂ ਦੇ ਜੰਪਲ ਬੱਚੇ ਆਪਣੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਨੇ ਤੁਸੀਂ ਮੇਰੇ ਬੇਟੇ ਦੀ ਗੱਲ ਕੀਤੀ ਨਵੀ ਸਿੱਧੂ ਉਹਦਾ ਨਾਮ ਹੈ ਉਹ ਉੱਥੋਂ ਦਾ ਹੀ ਜੰਪਲ ਆ ਕੈਨੇਡੀਅਨ ਬੌਰਨ ਬਰਾਉਟ ਅਪ ਅਤੇ ਉੱਥੋਂ ਦੀ ਯੂਰਕ ਯੂਨੀਵਰਸਿਟੀ ਦਾ ਗ੍ਰੈਜੂਏਟ ਆ ਜੀ ਔਰ ਪੰਜਾਬੀ ਐਸੀ ਫਰਾਟੇਦਾਰ ਬੋਲਦਾ ਤੇ ਮਤਲਬ ਹੋਰ ਵੀ ਜਿਹੜੀਆਂ ਮਾਵਾਂ ਨੇ ਹਰ ਰੋਜ਼ ਮੈਂ ਉਹਨਾਂ ਨੂੰ ਉਹਨੂੰ ਫੋਨ ਕਰਕੇ ਕਹਿੰਦੀ ਆ ਸੁਣਦੇ ਆ ਵੀ ਨਵੀ ਅਸੀਂ ਵੀ ਚਾਹੁੰਦੇ ਆ ਵੀ ਸਾਡਾ ਬੱਚਾ ਤੇਰੇ ਵਾਂਗੂ ਪੰਜਾਬੀ ਬੋਲਣ ਲੱਗ ਪਵੇ ਇਹ ਜਿਹੜੀ ਪੰਜਾਬੀ ਸਾਡੇ ਆਉਣ ਵਾਲੇ ਬੱਚੇ ਆ ਦੋ ਤਿੰਨ ਚੀਜ਼ਾਂ ਨਾਲ ਜਿਵੇਂ ਮੈਂ ਪਹਿਲਾਂ ਕਿਹਾ ਸੀ ਇੱਕ ਤਰ੍ਹਾਂ ਜਿੰਨਾ ਘਰਾਂ ਵਿੱਚ ਮਾਹੌਲ ਚ ਹੈ ਜੀ ਕਿਉਂਕਿ ਅੰਗਰੇਜ਼ੀ ਤਾਂ ਸਾਡੇ ਬੱਚਿਆਂ ਨੇ ਸਕੂਲਾਂ ਚ ਸਿੱਖ ਹੀ ਜਾਣੀ ਬਿਲਕੁਲ ਫਰਾਂਟੂ ਨੂੰ ਨਸਖੀ ਲੈਣੀ ਆ ਪਰ ਜੇ ਅਸੀਂ ਉਹਨਾਂ ਨੂੰ ਪੰਜਾਬੀ ਬੋਲਣ ਵਾਸਤੇ ਉਤਸ਼ਾਹਤ ਕਰੀਏ ਜੀ ਸਾਡੇ ਘਰ ਦੇ ਵਿੱਚ ਦਾਦਾ ਦਾਦੀ ਨਾਨਾ ਨਾਨੀ ਹੁਣ ਅਸੀਂ ਕਹੀਏ ਬੇਟਾ ਵੱਡਿਆਂ ਨਾਲ ਪੰਜਾਬੀ ਚ ਗੱਲ ਕਰਨੀ ਆ ਅਸੀਂ ਕਹੀਏ ਬੇਟਾ ਬੇਟੀ ਜਦੋਂ ਬਾਹਰੋਂ ਕੋਈ ਆਵੇ ਉਹਨੂੰ ਉੱਠ ਕੇ ਪੈਰੀ ਹੱਥ ਲਾਉਣਾ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਆ ਫਿਰ ਉਹ ਬੱਚੇ ਵਿੱਚ ਨਾ ਬਚਪਨ ਤੋਂ ਕਹਿੰਦੇ ਨੇ ਕਿ ਬੱਚੇ ਦਾ ਜਿਹੜਾ ਮਨ ਕੋਰਾ ਕਾਗਜ਼ ਹੁੰਦਾ ਉਹਦੇ ਉੱਤੇ ਜੋ ਤੁਸੀਂ ਲਿਖ ਦਿਓ ਉਹ ਉਕਰਿਆ ਜਾਂਦਾ ਔਰ ਦੂਸਰੀ ਜਿਹੜੀ ਚੀਜ਼ ਸਾਨੂੰ ਸਾਡੇ ਪੰਜਾਬੀ ਉੱਥੇ ਦੇ ਬੱਚਿਆਂ ਨੂੰ ਬੋਲਣ ਵਾਸਤੇ ਉਤਸ਼ਾਹਤ ਕੀਤਾ ਉਹ ਆ ਸਾਡਾ ਪੰਜਾਬੀ ਦਾ 뮤직 ਜੀ ਅੱਜ ਪੰਜਾਬੀ ਦਾ 뮤직 ਗੋਰਿਆਂ ਤੇ ਉੱਥੋਂ ਦੇ ਲੋਕਾਂ ਦੇ ਵੀ ਸਿਰ ਚੜ੍ਹ ਕੇ ਬੋਲਦਾ ਜੀ ਸਾਡੇ ਜਿਹੜੇ ਕਲਾਕਾਰ ਲੋਕ ਨੇ ਇਹਨਾਂ ਦੀ ਬੜੀ ਵੱਡੀ ਦੇਣ ਹੈ ਹੂੰ ਸਾਡੇ ਜਿਹੜੇ ਕੁਇਸ਼ਰ ਨੇ ਰਾਗੀ ਨੇ ਢਾਡੀ ਨੇ ਉਹ ਉੱਥੇ ਗੁਰਦੁਆਰਾ ਸਾਹਿਬਾਨਾਂ ਵਿੱਚ ਜਾ ਕੇ ਆਪਣੇ ਵੱਲੋਂ ਢਾਡੀ ਵਾਰਾਂ ਪੇਸ਼ ਕਰਦੇ ਆ ਸਾਡੇ ਬੱਚੇ ਉਹਨਾਂ ਨੂੰ ਸੁਣਦੇ ਆ ਜੀ ਇਸੇ ਤਰ੍ਹਾਂ ਜਦੋਂ ਉਹ YouTube ਉੱਤੇ ਜਾਂ ਹੋਰ ਜਿਹੜੇ ਚੈਨਲ ਨੇ ਸੋਸ਼ਲ ਮੀਡੀਆ ਉਹਦੇ ਉੱਤੇ ਇਹਨਾਂ ਕਲਾਕਾਰਾਂ ਦੇ ਗੀਤ ਸੁਣਦੇ ਆ ਜਿਹੜੇ ਅੱਜਕੱਲ ਬਹੁਤ ਮਕਬੂਲ ਨੇ ਫਿਰ ਉਹ ਉਹ ਗੱਲਾਂ ਸੁਣ ਕੇ ਫਿਰ ਉਹਨਾਂ ਦੇ ਉਹਨੂੰ ਖੋਜ ਕਰਦੇ ਆ ਵੀ ਇਹ ਪੰਜਾਬੀ ਚ ਕੀ ਕਹਿੰਦੇ ਅੰਗਰੇਜ਼ੀ ਚ ਇਹਨੂੰ ਕਿਵੇਂ ਕਰਦੇ ਆ ਸੋ ਉਹ ਚੀਜ਼ ਵੀ ਸਾਨੂੰ ਬੜੀ ਉਤਸ਼ਾਹਤ ਕਰਦੀ ਆ ਜੀ ਕਹਿੰਦੇ ਰਫਤਾਰ ਗੁਫ਼ਤਾਰ ਤੇ ਦਸਤਾਰ ਬੰਦੇ ਦੀ ਪਛਾਣ ਦੱਸ ਦਿੰਦੀ ਹੈ ਵੀ ਬੰਦਾ ਕਿੱਦਾਂ ਦਾ ਵੈ ਜਾਂ ਉਹਦੀ ਬੋਲ ਚਾਲ ਜਾਂ ਉਹ ਕਿੱਦਾਂ ਦਾ ਰਹਿਣ ਸਹਿਣ ਹੈ ਉਹਦਾ ਤੇ ਜਦੋਂ ਗੱਲ ਕਰਦੇ ਆ ਗੁਫ਼ਤਾਰ ਦੀ ਯਾਨੀ ਕਿ ਗੁਫ਼ਤਗੂ ਦੀ ਉਹਦੇ ਵਿੱਚ ਕਹਿੰਦੇ ਆਪਣੀ ਮਾਂ ਬੋਲੀ ਨਾਲ ਸਭ ਤੋਂ ਪਹਿਲਾਂ ਅਸੀਂ ਪਿਆਰ ਕਰਦੇ ਆ ਵੀ ਸਾਡੀ ਮਾਂ ਬੋਲੀ ਜਿਹੜੀ ਹੈ ਨਾ ਉਹ ਸਾਨੂੰ ਆਉਣੀ ਚਾਹੀਦੀ ਹੈ ਉੱਥੋਂ ਦੇ ਸਕੂਲਾਂ ਦੀ ਜੇ ਗੱਲ ਕੀਤੀ ਜਾਵੇ ਕੀ ਉੱਥੇ ਪੰਜਾਬੀ ਬੋਲਣੀ ਪੜ੍ਹਨੀ ਲਿਖਣੀ ਸਿਖਾਈ ਜਾਂਦੀ ਹੈ ਇੱਕ ਵਿਸ਼ਾ ਰੱਖਿਆ ਜਾਂਦਾ ਹੈ ਜਾਂ ਨਹੀਂ ਬਿਲਕੁਲ ਸਾਡੇ ਉੱਥੇ ਦੇ ਸਕੂਲ ਜਿਹੜੇ ਨੇ ਅ ਉੱਥੇ ਪੰਜਾਬੀ ਬੋਲਣ ਦੀ ਆਪਸ਼ਨ ਹੈਗੀ ਤੁਹਾਡੇ ਕੋਲੇ ਜੀ ਅ ਨੰਬਰ 2 ਸੈਟਰਡੇ ਸੰਡੇ ਉੱਥੇ ਪੰਜਾਬੀ ਦੀਆਂ ਸਪੈਸ਼ਲ ਕਲਾਸਿਸ ਲੱਗਦੀਆਂ ਤੁਸੀਂ ਆਪਣੇ ਬੱਚੇ ਨੂੰ ਭੇਜ ਸਕਦੇ ਹੋ ਅ ਮੇਰੇ ਨਵੀ ਦੀ ਮੰਮੀ ਕੁਲਦੀਪ ਉਹ ਇੱਥੇ ਵੀ ਟੀਚਰ ਸੀ ਉੱਥੇ ਵੀ ਉਹਨੇ ਕਾਫੀ ਲੰਬਾ ਸਮਾਂ ਪੰਜਾਬੀ ਪੜ੍ਹਾਈ ਆ ਇਸੇ ਤਰ੍ਹਾਂ ਜਿਹੜੇ ਸਕੂਲ ਨੇ ਉਹ ਤੁਹਾਨੂੰ ਓਪਨ ਆਪਸ਼ਨ ਦਿੰਦੇ ਆ ਕਿ ਜੇ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਪੜ੍ਹਨੀ ਆ ਤਾਂ ਤੁਹਾਨੂੰ ਅਸੀਂ ਟੀਚਰ ਵੀ ਰੱਖ ਕੇ ਦੇਵਾਂਗੇ ਤੇ ਉਹਨੂੰ ਅਸੀਂ ਉਤਸ਼ਾਹਤ ਵੀ ਕਰਾਂਗੇ ਬਹੁਤ ਸਾਰੇ ਜਿਹੜੇ ਗੁਰਦੁਆਰਾ ਸਹਿਬਾਨ ਨੇ ਉਹਨਾਂ ਨੇ ਆਪਣੇ ਤੌਰ ਉੱਤੇ ਕੁਝ ਸਕੂਲ ਖੋਲੇ ਹੋਏ ਨੇ ਜੀ ਜਿਹਨਾਂ ਨੂੰ ਖਾਲਸਾ ਸਕੂਲ ਕਰਕੇ ਜਾਣਿਆ ਜਾਂਦਾ ਹੈ ਹੈ ਜੀ ਜਾਂ ਪੰਜਾਬੀ ਸਕੂਲ ਕਰਕੇ ਜਾਣਿਆ ਜਾਂਦਾ ਉੱਥੇ ਉਹ ਫਿਰ ਨਾਲ ਦੀ ਨਾਲ ਤੁਹਾਨੂੰ ਪੰਜਾਬੀ ਭਾਸ਼ਾ ਵੀ ਪੜ੍ਹਾਉਂਦੇ ਆ ਤੇ ਉਹਦੇ ਨਾਲ ਨਾਲ ਤੁਹਾਨੂੰ ਫਿਰ ਉਹ ਜਿਹੜੀ ਤੁਹਾਡੀ ਧਾਰਮਿਕ ਸਿੱਖਿਆ ਮੰਦਿਰ ਮਸਜਿਦ ਗੁਰਦੁਆਰਾ ਸਾਰੇ ਆਪੋ ਆਪਣੇ ਢੰਗ ਨਾਲ ਉਹ ਉੱਥੇ ਵੀ ਉਹ ਕਰਦੇ ਆ ਤੇ ਮੇਰਾ ਖਿਆਲ ਆ ਕਿ ਵਿਦੇਸ਼ਾਂ ਵਿੱਚ ਇੱਥੇ ਨਾਲੋਂ ਵੀ ਵੱਧ ਪੰਜਾਬੀ ਦਾ ਪ੍ਰਵਿਖ ਜੀ ਬਿਲਕੁਲ ਬਿਲਕੁਲ ਔਰ ਹੁਣ ਤਾਂ ਪੰਜਾਬੀ ਦੀਆਂ ਨੌਕਰੀਆਂ ਵੀ ਮਿਲਣਾ ਪਿਉ ਤੇ ਜੀ ਜੀ ਔਰ ਖਾਸ तौर ਤੇ ਜਦੋਂ ਅਸੀਂ ਗੱਲ ਕਰਦੇ ਆ ਨਾ ਸਰ ਕਿਉਂਕਿ ਤੁਸੀਂ ਪ੍ਰੈਜ਼ੈਂਟਰ ਹੋਣ ਦੇ ਨਾਲ-ਨਾਲ ਇੱਕ ਐਂਕਰ ਹੋਣ ਦੇ ਨਾਲ-ਨਾਲ ਇੱਕ ਬੜਾ ਵਧੀਆ ਲੇਖਕ ਵੀ ਹੋ ਤੁਸੀਂ ਲਿਖਦੇ ਵੀ ਹੋ ਅਖਬਾਰਾਂ ਰਸਾਲਿਆਂ ਦੇ ਵਿੱਚ ਅਕਸਰ ਤੁਹਾਡੀਆਂ ਲੇਖ ਵੀ ਛਪਦੇ ਰਹਿੰਦੇ ਨੇ ਜੀ ਹਾਲਾਤਾਂ ਦੀ ਬਹੁਤ ਜ਼ਰੂਰੀ ਹੈ ਗੱਲ ਕਰਨਾ ਬਣਦਾ ਹੈ ਮੈਨੂੰ ਲੱਗਦਾ ਹੈ ਕਿ ਜਿਹੜੇ ਲੇਖਕਾਂ ਦੇ ਹਾਲਾਤ ਨੇ ਉੱਥੇ ਉਹ ਕਿ ਹੋ ਜਏ ਨੇ ਉੱਥੇ ਕਿ ਉਹਨਾਂ ਦਾ ਗੁਜ਼ਾਰਾ ਉਹ ਕਹਿੰਦਾ ਨਾ ਵੀ ਲੇਖਕ ਜਿਹੜਾ ਕਈ ਵਾਰੀ ਜਾਂ ਗੀਤਕਾਰਾਂ ਦੀ ਗੱਲ ਕਰ ਲੈਣੇ ਵੀ ਰੋਜ਼ੀ ਰੋਟੀ ਨਹੀਂ ਚੱਲ ਸਕਦੀ ਬੜਾ ਕੁਝ ਅਸੀਂ ਅਕਸਰ ਗੱਲਾਂ ਕਰਦੇ ਰਹਿੰਦੇ ਆ ਪਰ ਲੇਖਕਾਂ ਦੇ ਹਾਲਾਤ ਵਿਦੇਸ਼ਾਂ ਦੇ ਵਿੱਚ ਕਿਹੋ ਜਿੇ ਲੱਗ ਜਣੇ ਤੁਹਾਨੂੰ ਲੇਖਕਾਂ ਨੇ ਇੱਡੀ ਵੱਡੀ ਜद्दोजਹਿਦ ਦੇ ਵਿੱਚ ਵੀ ਉਹਨਾਂ ਨੇ ਆਪਣੀ ਕਲਮ ਦੀ ਰਵਾਨਗੀ ਰੁਕਣ ਨਹੀਂ ਦਿੱਤੀ ਹੂੰ ਕਿਉਂਕਿ ਜੇ ਰਵਾਨਗੀ ਰੁਕ ਜਾਏ ਤਾਂ ਬੰਦਾ ਹੀ ਰੁਕ ਜਾਂਦਾ ਜੀ ਔਰ ਉਸ ਮੁਲਕ ਵਿੱਚ ਰਹਿ ਕੇ ਕਈ ऐसे ऐसे साहित्य उन्होंने रचिया जी और जिन्ना नु पढ़ के थोनु बिल्कुल अपने जड़ा बेसिक ਤੁਹਾਡਾ ਪਛੋਕੜ ਆ ਉਹਦੀਆਂ ਯਾਦਾਂ ਆ ਜਾਂਦੀਆਂ ਅਤੇ ਇਹ ਇਹ ਵੱਖਰੀ ਗੱਲ ਆ ਕਿ ਉਹ ਲੇਖਕ ਆ ਉਹ ਨਿਰੀਪੀ ਪੂਰੀ ਕਮਾਈ ਆਪਣੀ ਲਿਖਤ ਤੋਂ ਨਹੀਂ ਕਰਦੇ ਹਾਂ ਜੀ ਲਿਖਤ ਉਹਨਾਂ ਦਾ ਪੈਸ਼ਨ ਆ ਜੀ ਜੀ ਉਹਨਾਂ ਦਾ ਸ਼ੌਕ ਆ ਉਹ ਉਹਨੂੰ ਉਹਨਾਂ ਨੂੰ ਪ੍ਰੋਫੈਸ਼ਨ ਵਿੱਚ ਉਹਨਾਂ ਨੂੰ ਬਹੁਤ ਲਿਮਟਿਡ ਲੋਕ ਹੋਣਗੇ ਜਿਨ੍ਹਾਂ ਦੀ ਲਿਖਤ ਨੂੰ ਪਰਫੈਸ਼ਨ ਤੌਰ ਤੇ ਵੀ ਲੋਕਾਂ ਨੇ ਕਬੂਲ ਕੀਤਾ ਹੋਇਆ ਪਰ ਇਹਨਾਂ ਕਹ ਕੇ ਬੜਾ ਮਿਆਰੀ ਸਾਹਿਤ ਪੰਜਾਬੀ ਦੇ ਵਿੱਚ ਕਵਤਾਵਾਂ ਪੰਜਾਬੀ ਦੇ ਵਿੱਚ ਲੇਖ ਪੰਜਾਬੀ ਦੇ ਵਿੱਚ ਨਾਵਲ ਔਰ ਪੰਜਾਬੀ ਦੇ ਵਿੱਚ ਰੰਗ ਮੰਚ ਉੱਥੇ ਬੜਾ ਹੋ ਰਿਹਾ ਜਿਹੜੇ ਪਲੇਸ ਨੇ ਕਾਫੀ ਰੰਗ ਮੰਚ ਦੇ ਜਿਹੜੇ ਲੋਕ ਨੇ ਉਹ ਪੰਜਾਬੀ ਪਲੇਸ ਉਥੋਂ ਦੇ ਸਿਚੁਏਸ਼ਨਸ ਬਾਰੇ ਉਥੋਂ ਦੇ ਹਾਲਾਤਾਂ ਬਾਰੇ ਉਹ ਕਰਦੇ ਨੇ ਤੇ ਲੇਖਕ ਲੋਕ ਜਿਹੜੇ ਆ ਉਹ ਸਾਨੂੰ ਹਮੇਸ਼ਾ ਜਾਗਰੂਕ ਕਰਦੇ ਰਹਿੰਦੇ ਇੱਕ ਕਹਿੰਦੇ ਨੇ ਚਿੰਗ ਲਾਉਂਦੇ ਰਹਿੰਦੇ ਆ ਕਿ ਤੁਸੀਂ ਜਾਗਦੇ ਰਹੋ ਤੇ ਤੁਸੀਂ ਆਪਣੀ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਪੰਜਾਬ ਪੰਜਾਬੀਅਤ ਦੇ ਨਾਲ ਜੋੜ ਕੇ ਰੱਖੋ ਬਿਲਕੁਲ ਜੀ ਵਿਦੇਸ਼ਾਂ ਦੇ ਵਿੱਚ ਪੰਜਾਬੀ ਤੇ ਕਹਿੰਦੇ ਜਿਹੜਾ ਬੰਦਾ ਲੇਖਕ ਹੁੰਦਾ ਨਾ ਜਿਹੜਾ ਆਪ ਲਿਖਦਾ ਉਦੇ ਬਾਰੇ ਨਾਲ ਗੱਲ ਕੀਤੀ ਜਾਵੇ ਜਾਂ ਲੇਖਕ ਦੇ ਬਾਰੇ ਨਾਲ ਗੱਲ ਕੀਤੀ ਜਾਵੇ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਅਧੂਰਾ ਅਧੂਰਾ ਲੱਗਦਾ ਤੇ ਅਸੀਂ ਗੱਲ ਕਰਦੇ ਪਏ ਅਸੀਂ ਲੇਖਾਂ ਦੇ ਬਾਰੇ ਤੇ ਉਹਦੇ ਨਾਲ ਨਾਲ ਜੇਕਰ ਸਾਹਿਤ ਸੁਭਾਵਾਂ ਦੀ ਗੱਲ ਨਾ ਕੀਤੀ ਜਾਵੇ ਤਾਂ ਤਾਂ ਵੀ ਅਧੂਰਾ ਲੱਗਦਾ ਕਿਉਂਕਿ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਆਂ ਇੱਥੋਂ ਦੀ ਗੱਲ ਕਰਦੇ ਆਂ ਤੇ ਬਹੁਤ ਸਾਰੀਆਂ ਸਾਹਿਤ ਸੁਭਾਵਾਂ ਜਿਹੜੀਆਂ ਨੇ ਉਹ ਬਣੀਆਂ ਨੇ ਸੋ ਸਿੱਧਵਾ ਸਰ ਉੱਥੇ ਸਾਹਿਤ ਸੁਭਾਵਾਂ ਦਾ ਕੀ ਰੁਝਾਨ ਹੈ ਕਿ ਤੁਸੀਂ ਵੀ ਜੁੜੇ ਹੋ ਕਿਸੇ ਸਾਹਿਤ ਸਭਾ ਦੇ ਨਾਲ ਬਿਲਕੁਲ ਕਹਿੰਦੇ ਨੇ ਕਿ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਇਹ ਠੀਕ ਹੈ ਕਿ ਉਰਦੂ ਅੰਗਰੇਜ਼ੀ ਫਾਰਸੀ ਵੀ ਥੋੜੀ ਥੋੜੀ ਅੰਗ ਲੈਣਾ ਜੀ ਪਰ ਮੈਨੂੰ ਚਾਹ ਜਿਹੜਾ ਪੰਜਾਬੀ ਵਿੱਚ ਹੀ ਚੜਦਾ ਔਰ ਅਸੀਂ ਜਿਹੜੇ ਆਪਣੇ ਚਾਹ ਨੇ ਦੁਲਾਰ ਨੇ ਉਹ ਪੰਜਾਬੀ ਵਿੱਚ ਹੀ ਉਹਨਾਂ ਨੂੰ ਲਹਿਰਾ ਸਕਦੇ ਆ ਜਿਹੜੀਆਂ ਸਾਤ ਸੁਭਾਵਾਂ ਨੇ ਇਹ ਹਰ ਸ਼ਹਿਰ ਦੇ ਵਿੱਚ ਜੀ ਜਿਹੜੇ ਉੱਥੋਂ ਦੇ ਲੇਖਕ ਲੋਕ ਨੇ ਚਾਹੇ ਸ਼ਾਇਰ ਨੇ ਗੀਤਕਾਰ ਨੇ ਉਹ ਉਹਨਾਂ ਨੇ ਸੁਭਾਵਾਂ ਬਣਾਈਆਂ ਹੋਈਆਂ ਔਰ ਹਰ ਮਹੀਨੇ ਉਹਨਾਂ ਦੀਆਂ ਇਕੱਤਰਤਾਵਾਂ ਹੁੰਦੀਆਂ ਉਹਦੇ ਵਿੱਚ ਪੰਜਾਬ ਪੰਜਾਬੀ ਉੱਤੇ ਪੇਪਰ ਵੀ ਪੜ੍ਹਦੇ ਆ ਔਰ ਤੁਹਾਨੂੰ ਨਿਤੀ ਜੀ ਖੁਸ਼ੀ ਹੋਊਗੀ ਕਿ ਵਿਸ਼ਵ ਪੰਜਾਬੀ ਕਾਨਫਰੰਸਸ ਸਭ ਤੋਂ ਵੱਧ ਵਿਦੇਸ਼ਾਂ ਵਿੱਚ ਹੋ ਰਹੀਆਂ ਹੈ। ਕੀ ਬਾਤ ਹੈ? ਔਰ ਸਾਡੇ ਕੈਨੇਡਾ ਦੇ ਵਿੱਚ ਖਾਸ ਤੌਰ ਉੱਤੇ ਸਾਡੇ ਟੋਰਾਂਟੋ ਦੇ ਵਿੱਚ ਹਰ ਸਾਲ ਦੋ ਵਿਸ਼ਵ ਪੰਜਾਬੀ ਕਾਨਫਰੰਸਸ ਹੁੰਦੀਆਂ ਨੇ। ਜੀ ਔਰ ਇੱਕ ਦੀ ਕੋਈ ਹੋਰ ਵੀ ਹੋ ਸਕਦੀ ਆ ਤਾਂ ਉਹਦੇ ਵਿੱਚ ਅਸੀਂ ਬੜੇ ਵੱਡੇ ਵੱਡੇ ਇਥੋਂ ਦੇ ਬਹੁਤ ਮੰਨੇ ਪਰਮੰਨੇ ਜਿਹੜੇ ਲੇਖਕ ਨੇ ਉਹਨਾਂ ਨੂੰ ਬੁਲਾ ਕੇ ਗੁਰਪ੍ਰਭਜਨ ਗਿੱਲ ਜੀ ਹੁਣੀ ਨਰਮਲ ਜੋੜਾ ਜੀ ਹੁਣੀ ਜਸਮੀਰ ਢੱਟ ਸਾਹਿਬ ਉਹ ਆਪਣੇ ਥੋ ਬੜਾ ਸੋਹਣਾ ਢੀਆਂ ਦਾ ਜਿਹੜਾ ਪ੍ਰੋਗਰਾਮ ਹੈ ਉੱਥੇ ਲੈ ਕੇ ਸਾਡੇ ਕੋਲੇ ਜਾਂਦੇ ਆ ਸਭੇ ਦਰਸਾਥ ਵੱਲੋਂ ਤੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਸਾਨੂੰ ਉਹ ਜਿਹੜੀਆਂ ਸਾਡੀਆਂ ਉਥੋਂ ਦੀਆਂ ਸੰਸਥਾਵਾਂ ਨੇ ਉਹ ਫਿਰ ਉਹਨਾਂ ਨੂੰ ਹੋਰ ਮਾਨਤਾਣ ਦਿੰਦੀਆਂ ਤੇ ਉਹਨਾਂ ਉੱਤੇ ਪਰਚੇ ਪੜੇ ਜਾਂਦੇ ਆ ਇਸੇ ਤਰ੍ਹਾਂ ਜਿਹੜੇ ਗੀਤਕਾਰ ਲੋਕ ਨੇ ਅੱਜ ਕੱਲ ਤਾਂ ਅੱਧੇ ਤੋਂ ਵੱਧ ਕਲਾਕਾਰ ਵੀ ਕੈਨੇਡਾ 'ਚ ਵਸ ਗਏ ਜਾ ਕੇ ਹਾਂਜੀ ਬਿਲਕੁਲ ਤੇ ਉਹਨਾਂ ਨੇ ਆਪਣਾ ਦੂਜਾ ਘਰ ਕੈਨੇਡਾ ਨੂੰ ਬਣਾ ਲਿਆ ਇਸੇ ਤਰ੍ਹਾਂ ਬਹੁਤ ਸਾਰੇ ਗੀਤਕਾਰ ਜਿਹੜੇ ਅੱਜ ਦੇ ਗੀਤਕਾਰ ਨੇ ਉਹਨਾਂ ਦੇ ਗੀਤ ਜਿਹੜੇ ਬੜੇ ਮਕਬੂਲ ਹੁੰਦੇ ਆ ਉਹ ਵੀ ਉੱਥੇ ਆਪਣਾ ਵਸੇਰਾ ਕਰੀ ਬੈਠੇ ਨੇ ਤਾਂ ਮੈਂ ਸਮਝਦਾ ਕਿ ਇਹ ਸਾਇਤ ਸੁਭਾਵਾਂ ਬੜਾ ਅੱਛਾ ਨਿੱਗਰ ਅਤੇ ਤਕੜਾ ਯੋਗਦਾਨ ਪਾ ਰਹੀਆਂ ਜੀ ਮੈਂ ਨਾ ਜਦੋਂ ਆਪਣਾ ਪ੍ਰੋਗਰਾਮ ਸ਼ੁਰੂ ਹੋਇਆ ਤੇ ਆਪਾਂ ਉਸ ਤੋਂ ਪਹਿਲਾਂ ਜਦੋਂ ਗੱਲ ਕਰਦੇ ਪਏ ਸੀ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਗੀਤ ਜੱਗ ਜੰਕਸ਼ਨ ਰੇਲਾਂ ਦਾ ਤੁਹਾਡੇ ਪਿਤਾ ਸਾਹਿਬ ਨੇ ਪਹਿਲਾਂ ਗਾਇਆ ਫਾਦਰ ਸਾਹਿਬ ਨੇ ਤੇ ਫਿਰ ਤੁਸੀਂ ਵੀ ਗਾਉਂਦੇ ਰਹੇ ਹੋ ਤੇ ਮੇਰੇ ਨਾਲ ਇੱਕ ਉਹ ਤੁਣਕਾ ਜਿਹਾ ਵੱਜਦਾ ਰਿਹਾ ਵੀ ਸੁਣੇ ਬਿਗਾਰ ਪ੍ਰੋਗਰਾਮ ਅਧੂਰਾ ਅਧੂਰਾ ਜਿਹਾ ਲੱਗਣਾ ਮੈਂ ਸੋ ਮੈਂ ਚਾਹਾਂਗੀ ਕਿ ਉਸ ਗੀਤ ਮੈਨੂੰ ਵੀ ਤੇ ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਸੁਣਾਓ ਉਹ ਕਵੀਸ਼ਰੀ ਸਾਡੇ ਪਰਿਵਾਰ ਦਾ ਅੰਗ ਬਣ ਗਈ ਜੀ ਬਾਪੂ ਕਰਨਾਲ ਸਿੰਘ ਪਾਰਸ ਨੇ ਪਾਪਾ ਹੀ ਰਣਜੀਤ ਸਿੰਘ ਦੀ ਆਵਾਜ਼ ਲਈ ਬਠਿੰਡੇ ਦੇ ਰੇਲਵੇ ਜੰਕਸ਼ਨ ਤੇ ਉਹ ਕਵਤਾ ਲਿਖੀ ਸੀ ਜੀ ਇੱਕ ਸਵਾਰੀਆਂ ਉਤਰੀਆਂ ਇੱਕ ਵਿਆਹ ਜੋੜਾ ਉਤਰਿਆ ਤੇ ਇੱਕ ਮਕਾਨ ਵਾਲੀਆਂ ਲੇਡੀਆਂ ਉਤਰੀਆਂ ਉਥੋਂ ਫਿਰ ਉਹਨਾਂ ਨੇ ਉਸ ਗੀਤ ਨੂੰ ਲਿਖਿਆ ਤੇ ਰਿਕਾਰਡ ਕਰਵਾਇਆ ਫਿਰ ਉਸ ਨੂੰ ਹਰਪਰਜਨ ਮਾਨ ਜੀ ਨੇ ਬਹੁਤ ਵੱਡਾ ਕਰ ਦਿੱਤਾ ਹੁਣ ਅਸੀਂ ਸਾਰਾ ਪਰਿਵਾਰ ਲੜਕੇ ਵੀ ਉਸ ਗੀਤ ਨੂੰ ਗਾ ਲੈਂਦੇ ਆ ਚਾਹੇ ਹਰਪਰਜਨ ਜੀ ਹੋਣ ਮੇਰੇ ਬੇਟਾ ਨਵੀ ਹੋਵੇ ਹਰਪਰਜਨ ਦਾ ਅਵਕਾਸ਼ ਹੋਵੇ ਅਸੀਂ ਗੁਰਸੇਵ ਕਰ ਅਸੀਂ ਇਕੱਠੇ ਵੀ ਉਹਨੂੰ ਗਾਉਂਦੇ ਰਹਿੰਦੇ ਆ ਤੋਂ ਉਹ ਹੈ ਕਿ ਉਰਲ ਸੰਗ ਕਾਫਲੇ ਦੇ ਛੇਤੀ ਬੰਨ ਬਿਸਤਰਾ ਕਾਫਰ ਕਈ ਪਹਿਲੀ ਡਾਕ ਚੜੇ ਤੇ ਬਾਕੀ ਟਿਕਟਾਂ ਲੈਣ ਮੁਸਾਫਰ ਹੈ ਸਿਗਨਲ ਹੋਇਆ ਵਾ ਤੇ ਗਾਰਡ ਵਿਸਲਾ ਪਿਆ ਵਜਾਵੇ ਜਗ ਜੰਨ ਦੇ ਸ਼ੇਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਨੀਤੂ ਜੀ ਗਾਓ ਮੇਰੇ ਨਾਲ ਸਾਥ ਦਿਓ ਉਹ ਕਹਿੰਦੇ ਕਰ ਨੂੰ ਨੇ ਸਾਬ ਲਿਆ ਕਰ ਨੂੰ ਨੇ ਸਾਬ ਲਿਆ ਤੁਰ ਗਈ ਧੀ ਛਾੜ ਕੇ ਪੱਲੇ ਪੋਤੇ ਨੇ ਜਨਮ ਲਿਆ ਤੇ ਬਾਬਾ ਸਿਵਿਆਂ ਦੇ ਵੱਲ ਚੱਲੇ ਕਿਤੇ ਜ਼ੋਰ ਮਕਾਨਾ ਦਾ ਕਿਦਰੇ ਹਨ ਵਿਆਹ ਤੇ ਮੁਕਲਾਵੇ ਜਗ ਜੰਗਸ਼ਨ ਰੇਲਾ ਦਾ ਗੱਡੀ ਕਿ ਆਵੇ ਇੱਕ ਜਾਵੇ ਜਗ ਜੰਗਸ਼ਨ ਰੇਲਾ ਦਾ ਗੱਡੀ ਕਿ ਆਵੇ ਇੱਕ ਜਾਵੇ ਇਹ ਜ਼ਿੰਦਗੀ ਦੀ ਹਕੀਕਤ ਹੈ ਜੀ ਕਿ ਇਨਸਾਨ ਨੇ ਬੈਠ ਨਹੀਂ ਰਹਿਣਾ ਇੱਥੇ ਜੋ ਜੰਮਿਆ ਉਹਨੇ ਮਰ ਜਾਣਾ ਜੋ ਘੜਿਆ ਉਹਨੇ ਭੱਜ ਜਾਣਾ ਜੋ ਉਪਜਿਆ ਉਹਨੇ ਬਿਨਸ ਜਾਣਾ ਕੀ ਬਾਤ ਹੈ ਨੇਚਰਲ ਲਾ ਕਿ ਇਹ ਸੰਸਾਰ ਤੋਂ ਇੱਕ ਦਿਨ ਜਾਊਗਾ ਹੋਰ ਪਤਾ ਨਹੀਂ ਕਿੰਨੇ ਜਨਮ ਰਹਿਣਗੇ ਜੀ ਬਦਲਾ ਆਂਦਾ ਰਹਿੰਦਾ ਹਾਂ ਚੇਂਜ ਆਉਂਦੀ ਰਹਿੰਦੀ ਬਿਲਕੁਲ ਬਿਲਕੁਲ ਔਰ ਵਾਕਈ ਸਹੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਸਾਡੇ ਗੀਤਕਾਰ ਨੇ ਜਿੰਨੇ ਵੀ ਸਾਡੇ ਲੇਖਕ ਨੇ ਇਹ ਸੱਚੀ ਗੱਲ ਆ ਪਤਾ ਲੱਗਦਾ ਹੈ ਕਿ ਜਿਹੜਾ ਸਾਡਾ ਆਲਾ ਦੁਆਲਾ ਨਾ ਇਹ ਜਿੰਨੇ ਵੀ ਗੀਤਾਂ ਦੀ ਉਪਜ ਹੋਈ ਹੈ ਉਹ ਸਾਰੀ ਆਲੇ ਦੁਆਲੇ ਤੋਂ ਹੋਈ ਹੈ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਰੇਲਵੇ ਟਰੈਕ ਦੇ ਉੱਤੇ ਸਟੇਸ਼ਨ ਦੇ ਉੱਤੇ ਹੀ ਬੈਠ ਕੇ ਇਸ ਗੀਤ ਨੂੰ ਲਿਖ ਦਿੱਤਾ ਬਹੁਤ ਸਾਰੇ ਇਹੋ ਜਿਹੇ ਗੀਤਕਾਰ ਨੇ ਜਿਨ੍ਹਾਂ ਨਾਲ ਮੇਰੀ ਅਕਸਰ ਮਿਲਣੀ ਹੁੰਦੀ ਰਹਿੰਦੀ ਹੈ ਉਹ ਕਹਿੰਦੇ ਵੀ ਸਾਡੇ ਮੈਂ ਕਿਹਾ ਵੀ ਆ ਫਲਾਣਾ ਗੀਤ ਤੁਸੀਂ ਕਿਦਾਂ ਲਿਖਿਆ ਤੇ ਉਹ ਕਹਣਗੇ ਵੀ ਉਸ ਵਾਰ ਨਾ ਆ ਘਟਨਾ ਵਾਪਰਦੀ ਪਈ ਸੀ ਫੇ ਮਨ ਵਿੱਚ ਆਇਆ ਕਿ ਉਹ ਨਾ ਇਹ ਲਿਖਿਆ ਜਾਵੇ ਕੋਈ ਵੀ ਨੀਤੂ ਜੀ ਕੋਈ ਵੀ ਗੱਲ ਵਾਪਰਦੀ ਆ ਉਹਦੇ ਵਿੱਚ ਪੰਜਾਬੀ ਦੇ ਕੱਕੇ ਬੜੇ ਜ਼ਰੂਰੀ ਹੁੰਦੇ ਕੋਈ ਘਟਨਾ ਵਾਪਰੀ ਕਿਉਂ ਹੋਈ ਫਿਰ ਕਿੱਥੇ ਵਾਪਰੀ ਫਿਰ ਕਿਵੇਂ ਵਾਪਰੀ ਫਿਰ ਉਹ ਤੋਂ ਬਾਅਦ ਉਹਦਾ ਰਿਐਕਸ਼ਨ ਕੀ ਹੋਇਆ ਕੀ ਹੋਇਆ ਸੋ ਇਹ ਚੀਜ਼ਾਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਹੁਲਾਰਾ ਵੀ ਦਿੰਦੀਆਂ ਸਾਨੂੰ ਆਪਣੇ ਵਿਰਸੇ ਦੇ ਨੇੜੇ ਰਹਿਣ ਲਈ ਪ੍ਰੇਰਨਾ ਵੀ ਦਿੰਦੀਆਂ ਸਾਨੂੰ ਆਉਣ ਵਾਲੀ ਜਨਰੇਸ਼ਨ ਵਿੱਚ ਆਪਣੇ ਸੱਭਿਆਚਾਰ ਨੂੰ ਇਨਕਲਕੇਟ ਕਰਨ ਵਾਸਤੇ ਸਾਡੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਾਉਂਦੀਆਂ ਜੀ ਅਸੀਂ ਪਹਿਰਾਵੇ ਦੀ ਗੱਲ ਕਰਦੇ ਹਾਂ ਜੀ ਤੁਸੀਂ ਥੋੜੀ ਜਿਹੀ ਜ਼ਿਕਰ ਕੀਤਾ ਸੀ ਵਿੱਚ ਪਹਿਰਾਵੇ ਦਾ ਕਿਉਂਕਿ ਜਿਹੜੀ ਪੰਜਾਬਣੇ ਆ ਨਾ ਉਹ ਪੰਜਾਬੀ ਸੂਟ 'ਚ ਹੀ ਫੱਬਦੀ ਹੈ ਜਿਹੜਾ ਮੁੰਡਾ ਨਾ ਉਹ ਪੱਗ ਨਹੀਂ ਫੱਬਦਾ ਹੈ ਨਾ ਤੇ ਦੱਸੋ ਕਿ ਉਥੋਂ ਦਾ ਰੁਝਾਨ ਜਿਹੜਾ ਨੌਜਵਾਨ ਪੀੜੀ ਦਾ ਕਹਿ ਲਿਏ ਕਿੰਨਾ ਕੁ ਪਿਆਰ ਕਰਦੇ ਨੇ ਜਾਂ ਜਦੋਂ ਉਹ ਕਹਿੰਦੇ ਨੇ ਵੀ ਜਦੋਂ ਤੀਆਂ ਦੇ ਮੇਲੇ ਲੱਗਦੇ ਨੇ ਕਿ ਉੱਥੇ ਵੀ ਉਸੇ ਤਰੀਕੇ ਨਾਲ ਲੱਗਦੇ ਨੇ ਜਿੱਦਾਂ ਇੱਥੇ ਅਸੀਂ ਰੁਝਾਨ ਪਾ ਲਿਆ ਹੋਇਆ ਵਾ ਵੀ ਹਾਂ ਵੀ ਜਦੋਂ ਸੌਣ ਆਉਂਦਾ ਤੇ ਬੜੇ ਸੋਹਣੇ ਮੇਲੇ ਲੱਗਦੇ ਨੇ ਖਾਂ ਥਾਈ ਤੇ ਵਿਦੇਸ਼ਾਂ ਦੇ ਵਿੱਚ ਵੀ ਕੀ ਉਸੇ ਤਰੀਕੇ ਦੇ ਨਾਲ ਉਹ ਲੱਗਦੇ ਨੇ ਬੜੇ ਵੱਡੇ ਵੱਡੇ ਪੰਜਾਬ ਦੇ ਮੇਲੇ ਲੱਗਦੇ ਨੇ ਜੀ ਪੰਜਾਬ ਦਿਨ ਮਨਾਉਂਦੇ ਅਸੀਂ ਤੀਆਂ ਦੇ ਬੜੇ ਮੇਲੇ ਲੱਗਦੇ ਆ ਉੱਥੇ ਕੱਲੀਆਂ ਲੇਡੀਜ਼ ਹੀ ਜਾਂਦੀਆਂ ਔਰ ਤੁਹਾਡੇ ਵਾਂਗੂ ਖੂਬਸੂਰਤ ਪੰਜਾਬੀ ਸੂਟ ਪਹਿਨ ਕੇ ਔਰ ਪੂਰੇ ਹੀਰੇ ਕਲੀਰੇ ਲੰਬੀਆਂ ਲੰਬੀਆਂ ਗੁੱਤਾਂ ਕਰਕੇ ਜਾਂਦੀਆਂ ਪੱਤੀਆਂ ਪ੍ਰਾਂਦੇ ਸਾਡੇ ਜਿਹੜੇ ਇੱਥੇ ਟੈਚੀ ਜਾਂਦੇ ਆ ਨਾ ਜੀ ਅਸੀਂ ਬੱਤੀ-ਪੱਤੀ ਕਿਲੋ ਵੱਧ ਵੀ ਹੋ ਜਾਂਦੇ ਆ ਉਹ ਸਾਰੇ ਥੋਡੀਆਂ ਜਿਹੜੀਆਂ ਬੀਬੀਆਂ ਭੈਣਾਂ ਨੇ ਉਹਨਾਂ ਦੇ ਸੂਟਾਂ ਨਾਲ ਹੀ ਭਰੇ ਜਾਂਦੇ ਆ ਔਰ ਉੱਥੇ ਸਾਡੇ ਬੱਚੇ ਵੀ ਮੇਰੀਆਂ ਦੋ ਬੇਟੀਆਂ ਨੇ ਔਰ ਹੋਰ ਪਰਿਵਾਰਾਂ ਦੀਆਂ ਵੀ ਬੱਚੀਆਂ ਉਹ ਫਿਰ ਜਿਹੜੇ ਮਾਪੇ ਇੱਥੇ ਆਉਂਦੇ ਆ ਉਹਨਾਂ ਨੂੰ ਕਹਿੰਦੇ ਮੈਨੂੰ ਸ਼ਰਾਰਾ ਬਣਵਾ ਦਿਓ ਪੰਜਾਬੀ ਸੂਟ ਬਣਵਾ ਦਿਓ ਕਿਉਂਕਿ ਉੱਥੇ ਇਹ ਜਿਹੜੇ ਸਾਡਾ ਪਹਿਰਾਵਾ ਹੈ ਅਸੀਂ ਕੁਰਤੇ ਪਜਾਮੇ ਪਾਉਨੇ ਆ ਬਿਲਕੁਲ ਬੋਸਲੀ ਮੈਂ ਵੀ ਤੇ ਮੇਰੇ ਬਹੁਤ ਸਾਰੇ ਹੋਰ ਦੋਸਤ ਮਿੱਤਰ ਉੱਥੇ ਜਦੋਂ ਅਸੀਂ ਵਿਆਹ ਸ਼ਾਦੀ ਜਾਂ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਅਸੀਂ ਮੇਲੇ ਮਸਾਵੇ ਤੇ ਜਾਂਦੇ ਆ ਫਿਰ ਅਸੀਂ ਕੁੜਤੇ ਪਜਾਮੇ ਤੇ ਪੰਜਾਬੀ ਜੁੱਤੀਆਂ ਖੁੱਸੇ ਪਾ ਕੇ ਜਾਂਦੇ ਆ ਪੱਗਾਂ ਕਈ ਵੇ ਰਟੋਰੀ ਵਾਲੀਆਂ ਵੀ ਬੰਨ ਲੈਂਦੇ ਆ ਤਾਂ ਇਹ ਜਿਹੜਾ ਪਹਿਰਾਵਾ ਔਰ ਇਹ ਇਸ ਪਹਿਰਾਵੇ ਦੀਆਂ ਉੱਥੇ ਵੀ ਬਹੁਤ ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਜਿਹੜੇ ਇੱਥੋਂ ਇੰਡੀਆ ਤੋਂ ਪਾਕਿਸਤਾਨ ਤੋਂ ਹੋਰ ਜਿੱਥੋਂ ਵੀ ਕਿਤੋਂ ਕੋਈ ਸਾਮਾਨ ਆਉਂਦਾ ਉਹ ਲਿਜਾ ਕੇ ਫਿਰ ਉੱਥੇ ਉਸ ਦੀ ਸੇਲ ਕਰਦੇ ਆ ਸੋ ਇਹ ਪਹਿਰਾਵਾ ਵੀ ਵਾਕਈ ਤੂੰ ਕਾਦੀ ਪੰਜਾਬਣ ਤੇ ਜੇ ਤੂੰ ਸੂਟ ਬੂਟ ਨਹੀਂ ਪਾਇਆ ਹਾਂ ਤੇ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਤੇ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਔਰ ਨੱਚਦੀਆਂ ਵੀ ਖੂਬ ਨੇ ਔਰ ਉਸੇ ਤਰ੍ਹਾਂ ਜਾਗੋ ਨਿਕਲਦੀਆਂ ਵੱਡੀਆਂ ਵੱਡੀਆਂ ਜਿਆ ਸ਼ਾਦੀਆਂ ਤੇ ਔਰ ਇਵਨ ਜਾਗੋ ਟਰੈਕਟਰ ਟਰਾਲੀਆਂ ਤੇ ਨਿਕਲਦੀ ਆ ਆ ਨਵੀ ਦਾ ਵਿਆਹ ਹੋਇਆ ਸੀਗਾ ਦੋ ਟਰੈਕਟਰ ਸੀਗੇ ਪਿੱਛੇ ਉਹਦੇ ਟਰਾਲੀ ਲੱਗੀ ਹੋਈ ਸੀ ਦੋ ਮੁਰੇ ਵੱਡੇ ਵੱਡੇ ਕੈਂਪਰ ਸੀਗੇ ਸੋ ਹਰ ਘਰ ਦੇ ਵਿੱਚ ਫਿਰ ਉਸੇ ਤਰ੍ਹਾਂ ਜਿਵੇਂ ਜਾਗੋਪ ਲੈ ਕੇ ਜਾਂਦੇ ਆ ਘਰਾਂ ਚ ਫਿਰ ਉਹ ਬੀਬੀਆਂ ਸ਼ਗਨ ਦੇਣਾ ਹੁੰਦੀਆਂ ਤੇਲ ਪਾਉਂਦੀਆਂ ਜਾਗੋ ਚ ਤਾਂ ਸਾਰੀਆਂ ਜਿਹੜੀਆਂ ਰਵਾਇਤਾਂ ਮੈਨੂੰ ਲੱਗਦਾ ਪੰਜਾਬ ਨਾਲੋਂ ਜ਼ਿਆਦਾ ਬੜੀਆਂ ਮਨਾਇਆ ਜਾਂਦੀਆਂ ਅਸੀਂ ਉੱਥੇ ਜ਼ਿਆਦਾ ਜੋਸ਼ ਨਾਲ ਮਨਾਉਂਦੇ ਆ ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਖਾਸ ਤੌਰ ਤੇ ਉਹ ਨੌਜਵਾਨ ਪੀੜੀ ਜਿਹੜੇ ਉੱਥੇ ਜਾਣਾ ਚਾਹੁੰਦੀ ਹੈ ਪਹਿਲੀ ਗੱਲ ਤਾਂ ਇਹ ਆ ਕਿ ਜੇ ਤੁਸੀਂ ਪੰਜਾਬ ਵਿੱਚ ਕਿਉਂਕਿ ਬੜਾ ਅੱਜਕੱਲ ਗਲੋਬਲਾਈਜੇਸ਼ਨ ਹੋ ਗਈ ਆ ਜੀ ਇੱਥੇ ਵੀ ਬੜੇ ਵੱਡੇ ਵੱਡੇ ਮੈਂ ਦੇਖਦਾ ਹੁਣ ਕਿੱਡੇ ਵੱਡੇ ਵੱਡੇ ਕਾਰੋਬਾਰ ਹੋ ਗਏ ਜੀ ਕਿੰਨਾ ਕੁਝ ਅੱਗੇ ਵਧ ਗਿਆ ਸਾਡੇ ਵੇਲੇ ਇੰਨਾ ਕੁਝ ਨਹੀਂ ਸੀ ਹੁੰਦਾ ਔਰ ਇੱਥੇ ਜੇ ਤੁਸੀਂ ਚੰਗਾ ਰੋਜ਼ਗਾਰ ਪੈਦਾ ਕਰ ਸਕਦੇ ਹੋ ਤਾਂ ਤੁਸੀਂ ਪੰਜਾਬ ਵਿੱਚ ਰਹੋ ਪੰਜਾਬ ਨੂੰ ਪਰਫੁੱਲਤ ਕਰੋ ਅਸੀਂ ਤਾਂ ਭਗੌੜੇ ਹੋਏ ਹਾਂ ਤੁਸੀਂ ਨਾ ਹੋ ਬਿਲਕੁਲ ਬਿਲਕੁਲ ਪਰ ਜੇ ਤੁਸੀਂ ਆਉਣਾ ਹੀ ਚਾਹੁੰਦੇ ਹੋ ਜੀ ਆਇਆਂ ਨੂੰ ਕੈਨੇਡਾ ਵਗੈਰਾ ਅਮਰੀਕਾ ਵਗੈਰਾ ਲੈਂਡ ਆਫ ਅਪਰਚੁਨਿਟੀ ਉਹਨਾਂ ਨੂੰ ਕਿਹਾ ਜਾਂਦਾ ਪਰ ਇੱਥੋਂ ਤੁਸੀਂ ਚੰਗੀ ਵਿੱਦਿਆ ਲੈ ਕੇ ਡਿਗਰੀਜ਼ ਵਗੈਰਾ ਲੈ ਕੇ ਜਾਂ ਸਹੀ ਹਸਤੇ ਤੇ ਆਓ ਗਲਤ ਰਸਤੇ ਤੇ ਜਾਣ ਵਾਲੇ ਜਿਹੜੇ ਉਹ ਫਿਰ ਪੈਸਾ ਵੀ ਗਵਾਜ ਜਾਂਦਾ ਕਈ ਵਾਰ ਬੰਦੇ ਵੀ ਗਵਾ ਜਾਂਦੇ ਤੇ ਜਿੱਥੇ ਰਹੋ ਇੱਕ ਗੱਲ ਜ਼ਰੂਰ ਕਰੋ ਕਿ ਆਪਣੀਆਂ ਕਦਰਾਂ ਕੀਮਤਾਂ ਆਪਣੀਆਂ ਵੈਲਿਊਜ਼ ਆਪਣਾ ਸੱਭਿਆਚਾਰ ਆਪਣੀ ਬੋਲੀ ਤੇ ਆਪਣਾ ਗੀਤ ਸੰਗੀਤ ਤੇ ਆਪਣਾ ਪਹਿਰਾਵਾ ਦੁਨੀਆਂ ਦੇ ਕਿਸੇ ਮੁਲਕ ਵਿੱਚ ਚਲੇ ਜਾਓ ਪੰਜਾਬ ਨਾਲੋਂ ਸੋਹਣਾ ਪੰਜਾਬ ਨਾਲੋਂ ਖੂਬਸੂਰਤ ਦੁਨੀਆ ਵਿੱਚ ਜੇ ਕੋਈ ਦੇਸ਼ ਆ ਤਾਂ ਪੰਜਾਬ ਹੀ ਆ ਜੀ ਬਿਲਕੁਲ ਸਿਧਮਾ ਸਰ ਮੈਨੂੰ ਲੱਗਦਾ ਕਿ ਬਿਨਾ ਵੀਜ਼ੇ ਦੇ ਤੁਸੀਂ ਮੈਨੂੰ ਕੈਨੇਡਾ ਦੀ ਸੈਰ ਕਰਾਤੀ ਹੈ ਮੇਰਾ ਨਹੀਂ ਬੜਾ ਵਧੀਆ ਲੱਗਾ ਤੇ ਚੰਗੀ ਗੱਲ ਹੈ ਕਿ ਬੜਾ ਮਾਣ ਮਹਿਸੂਸ ਹੁੰਦਾ ਕਿ ਜਦੋਂ ਇਹ ਸੁਣਿਆ ਜਾਂਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਪੰਜਾਬੀ ਉਸੇ ਤਰੀਕੇ ਨਾਲ ਵਿਚਰਦੇ ਪਏ ਬਲਕਿ ਉਸ ਤੋਂ ਵੀ ਵਧੀਆ ਵਿਚਰਦੇ ਪਏ ਐ ਜਿੱਥੇ ਅਸੀਂ ਇੱਥੇ ਵਿਚਰਦੇ ਪਏ ਹਾਂ ਉਹਨਾਂ ਨਾਲੋਂ ਜ਼ਿਆਦਾ ਵਧੀਆ ਤਰੀਕੇ ਤੌਰ ਤਰੀਕੇ ਉਹ ਜਾਣਦੇ ਨੇ ਕਿਵੇਂ ਮਾਂ ਬੋਲੀ ਨੂੰ ਪਿਆਰ ਕਰਨਾ ਤੇ ਕਿਵੇਂ ਮਾਂ ਬੋਲੀ ਨੂੰ ਨਾਲ ਲੈ ਕੇ ਚੱਲਣਾ ਉਹ ਵਿਦੇਸ਼ੀ ਪੰਜਾਬੀਆਂ ਪ੍ਰਵਾਸੀ ਪੰਜਾਬੀ ਜਾਦਾ ਵਧੀਆ ਤਰੀਕੇ ਨਾਲ ਜਾਣਦੇ ਨੇ ਸੋ ਬੜਾ ਵਧੀਆ ਲੱਗਾ ਗੱਲਬਾਤ ਕਰਕੇ ਮਨਤਾ ਨਹੀਂ ਕਰਦਾ ਵੀ ਕਿ ਅਸੀਂ ਪੰਜਾਬੀ ਦੀ ਸੇਵਾ ਕਰਦੇ ਨਹੀਂ ਪੰਜਾਬੀ ਮਾਂ ਬੋਲੀ ਨੇ ਜੋ ਕੁਝ ਸਾਨੂੰ ਦਿੱਤਾ ਉਹ ਪੰਜਾਬੀ ਮਾਂ ਬੋਲੀ ਨੇ ਦਿੱਤਾ ਜਾਂ ਮਾਂ ਦਿੰਦੀ ਆ ਨਾ ਬੰਦਾ ਧਰਤੀ ਚੋਂ ਉਪਜਿਆ ਨਾ ਚੰਦਨ ਦੇ ਰੁੱਖੋਂ ਸਭੇ ਪੀਰ ਪੈਗੰਬਰ ਜਨਮੇ ਮਾਂ ਦੀ ਪਿਆਰੀ ਕੁੱਖਿਆ ਕੀ ਬਾਤ ਹੈ ਕੀ ਬਾਤ ਹੈ ਮਾਂ ਤੇ ਇੱਕ ਮਾਂ ਬੋਲੀ ਔਰ ਪਹਿਰਾਵਾ ਤੋਂ ਮੈਂ ਇੱਕ ਵਾਰੀ ਫਿਰ ਦੂਰਦਰਸ਼ਨ ਦੇ ਸਾਰੇ ਸਟਾਫ ਦਾ ਔਰ ਜਿੰਨੇ ਦਰਸ਼ਕ ਦੇਖ ਰਹੇ ਉਹਨਾਂ ਦਾ ਤੇ ਤੁਹਾਡਾ ਨੀਤੂ ਜੀ ਤੇ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਕਿ ਮੈਨੂੰ ਤੁਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਕੀਤਾ ਬਹੁਤ ਮਿਹਰਬਾਨੀ ਜੀ ਆਇਆਂ ਨੂੰ ਕੈਨੇਡਾ ਆਓ ਤਾਂ ਸਾਡੇ ਗੈਸਟ ਬਣੋ ਜੀ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਜੀ